ਜੀ ਜਨਾਬ ਓਮਕਾਰ ਸਿੰਘ ਸਾਹਿਬ ਪਾਸ ਹੋਏ ਨੇ ਜੀ ਜਨਾਬੇ ਵਾਲਾ ਇਹ ਇੰਡੀਆ ਹੁਸ਼ਿਆਰਪੁਰ ਤੋਂ ਔਰ ਇਟਲੀ ਮਾਂਟੋਵਾ ਤੋਂ ਓਮਕਾਰ ਸਿੰਘ ਕਾਲਨ ਹਮਾਰੇ ਪਿਆਰੇ ਭਾਈ ਕੰਗ੍ਰੈਚੁਲੇਸ਼ਨ ਜੀ ਇਹਨਾਂ ਨੂੰ ਵਧਾਈਆਂ ਤੇ ਮੁਬਾਰਕ ਥੈਂਕ ਯੂ ਥੈਂਕ ਯੂ ਵਿਕਾਰ ਜੀ ਥੈਂਕ ਯੂ ਯਾਸਰ ਇਕਬਾਲ ਸਾਹਿਬ ਪਾਸ ਹੋਏ ਨੇ ਜੀ ਇਟਲੀ ਫੌਜਾ ਸ਼ਹਿਰ ਹੈ ਔਰ ਪਾਕਿਸਤਾਨ ਗੁਜਰਾਤ ਤੋਂ

ਬਹੁਤ ਸ਼ੁਕਰੀਆ ਜੀ ਯਾਸਰ ਇਕਬਾਲ ਸਾਹਿਬ ਪਾਸ ਹੋਏ ਨੇ ਫੌਜਾ ਸ਼ਹਿਰ ਤੋਂ ਮਾਸ਼ਾਅੱਲਾ ਯਾਸਰ ਭਾਈ ਬੈਠੇ ਹੋਏ ਨੇ ਬੜਾ ਡਿਊਟੀ ਸ਼ਿਫਟੀ ਵਾਲਾ ਲੇਕਿਨ ਪਹੁੰਚ ਆਏ ਨੇ ਯਾਸਰ ਭਾਈ ਬਹੁਤ ਕੰਗ੍ਰੈਚੁਲੇਸ਼ਨ ਓਂਕਾਰ ਸਾਹਿਬ ਬਹੁਤ ਕੰਗ੍ਰੈਚੁਲੇਸ਼ਨ ਮਾਸ਼ਾਅੱਲਾ ਦੋ ਦੋਸਤ ਇਕਬਾਲ ਸਾਹਿਬ ਹਾਂ ਸਰ ਜੀ ਠੀਕੋ ਠੀਕ ਸਾਖ ਜੀ ਸਤਿ ਸ੍ਰੀ ਅਕਾਲ ਜੀ अच्छा जी दावत देंगे। वालेकुम जनाबे वाला। जी दावत बहुत बहुत काम तो तो करने का भी मौका नहीं देते खैर मुबारक जी थैंक यू थैंक यू दानिश भाई बिल्कुल बिलकुल ने पूरे इंटरव्यू गुड़िया थोड़ी जी सारी स्पेस रखा करो अस सलाम दे सका करो जी जी <laughs> गल्ला क्योंकि कल तो लेक्चर पूरा सुनी सुनी मैं मौका तलाश करना रहा कि सलाम पेश करा लेकिन कर मौका ही आमी नहीं, आमी नहीं मिला आमीन आमी आमी साडे नाल दूजे सलाम पेश वाले भाई भी बैठे ने पी नास साजिद साहब और जिन्ना ना पतन पास होया उन्हें मेरी तरफ से मुबारक है आमीन शुक्रिया जी शुक्रिया बहुत बहुत नजीर साहब बैठे ने साडे नाल काम अस्सलाम वालेकुम सर जी मेरी तरफ सारे सारे मुबारक जी मेरे दोस्त पास हो गए ने

ਅੱਜ ਤੁਸੀਂ ਮਾਸ਼ਾਅੱਲਾ ਥਿਉਰੀ ਕਲੀਅਰ ਕਰਕੇ ਕਿੰਨੇ ਟਾਈਮ ਆਪਣਾ ਕਿਸ ਟਾਈਮ ਐਗਜ਼ਾਮ ਹੋਇਆ ਸੀ ਤੁਹਾਡਾ ਅੱਜ ਅੱਜ 11:30 ਵਜੇ ਸੀ 10 10:30 ਤੋਂ 11:30 ਅੱਛਾ ਜੋ ਟਾਈਮ ਉਹਨਾਂ ਲਿਖਿਆ ਸੀ ਉਸੇ ਟਾਈਮ ਚ ਪੇਪਰ ਹੋ ਜਾਂਦਾ ਹੈ ਜਾਂ ਕੁਝ ਟਾਈਮ ਥੋੜਾ ਲੱਗ ਗਿਆ ਬਸ ਇਹ ਕਰ ਦਿੰਦੇ ਮੇਰਾ 1 ਘੰਟਾ ਲੇਟ ਹੋਇਆ ਅੱਛਾ 1 ਘੰਟਾ ਲੇਟ ਹੋਇਆ ਤੇ ਕਿਸ ਚੀਜ਼ ਚ ਜ਼ਿਆਦਾ ਟਾਈਮ ਲੱਗ ਜਾਂਦਾ ਜਿੱਦਾਂ ਮੇਰਾ ਸਿਗਾਤੀ ਜੀ ਤੈਸ ਤੋਂ ਤੋੜਨੋਂ ਸੀਗੀ ਠੀਕ ਹੈ ਜੀ ਤੇ ਉਹ ਪਹਿਲੀਆਂ ਦੋ ਤਿੰਨ ਚੌਦਾਂ ਦਾ ਟਾਈਮ ਜਿੱਦਾਂ ਜ਼ਿਆਦਾ ਲੱਗੇ ਗਿਆ ਉਹ ਤੈਸ ਤੋਂ ਕਿ ਉਹ ਥੋੜੀ ਲੇਟ ਹੋ ਗਈ ਅੱਛਾ ਅੱਛਾ ਠੀਕ ਹੈ ਜੀ ਚਲੋ ਬਹੁਤ ਜ਼ਬਰਦਸਤ ਕੈਸਾ ਰਿਹਾ ਤੁਹਾਡਾ ਪੇਪਰ ਸਵਾਲ ਕਿਵੇਂ ਆਏ ਨਜ਼ਰਾ ਹੀ ਦੱਸੋ ਸਵਾਲ ਬਹੁਤ ਸੌਖੇ ਆਏ ਸਰ ਜੀ ਬਹੁਤ ਸੌਖੇ ਜੀ ਉਹ ਤੁਹਾਡੇ ਜਿਸ ਤਰ੍ਹਾਂ ਕਾ ਤੁਸੀਂ ਪੜ੍ਹਾਉਂਦਾ ਤੁਹਾਡਾ ਇਹ ਹੈ ਕਿ ਬੰਦੇ ਨੂੰ ਸਮਝ ਲਾਦੀ ਬਹੁਤ ਵਧੀਆ ਮਾਸ਼ਾਅੱਲਾ ਜਿਸ ਤਰ੍ਹਾਂ ਤੁਸੀਂ ਕਾਰਸਕੀ ਅੱਦੇ ਕਰਦੇ ਸੀ ਪਾਜੀ ਉਹਦੇ ਨਾਲੋਂ ਈਜ਼ੀ ਸੀਗਾ ਪੇਪਰ ਕਹਿ ਸਕਦੇ ਹੋ ਉਹਦੇ ਨਾਲੋਂ ਜ਼ਿਆਦਾ ਈਜ਼ੀ ਸੀਗਾ ਛੇ ਤੋਂ ਦੋ ਕੁ ਆਸਣ ਸੀਗੇ ਉਹ ਵੀ ਇਜੀ ਸੀਗੇ ਜਿੱਦਾਂ ਉਹ ਚ ਮੈਂ ਕਨਫਿਊਜ਼ ਹੁੰਦਾ ਸੀਗਾ ਪਰ ਉਹ ਮੈਂ ਛੱਡ ਕੇ ਤੁਹਾਡਾ ਜਿੱਦਾਂ ਤੁਸੀਂ ਦੱਸਿਆ ਸੀਗਾ ਉਹ ਮੈਂ ਬਾਅਦ ਵਿੱਚ ਦੋ ਕੀਤੇ ਅੱਛਾ ਉਹਨਾਂ ਦਾ ਕਾਲ 10:20 ਮੇਰਾ ਰੀਪੀਟਿਓਨ ਪਤੰਤੀ ਵਾਲਾ ਸੀਗਾ ਤਰੰਤ ਅਦਮੰਦੇ ਵਾਲਾ ਸੀ ਅੱਛਾ ਰਿਵੀਜ਼ਿਓਨ ਇਹ ਪਤੰਤੀ ਵਾਲਾ ਸੀ ਲੋਕੀ ਬੜੇ ਡਿਫਰੈਂਟ ਜੇ ਸਟੂਡੈਂਟ ਨੇ ਸਾਡੇ ਨਾਜ਼ਰੀਨ ਇਹਨਾਂ ਨੂੰ 30 ਸਵਾਲ ਵਾਲਾ ਪੇਪਰ ਸੀ ਰਿਵੀਜ਼ਿਓਨ ਨੇ ਇਹਨਾਂ ਨੂੰ ਤੇ ਥੋੜਾ ਦੱਸੋਗੇ ਕਿ ਰਿਵੀਜ਼ਿਓਨ ਨੇ ਕਿਉਂ ਲਿਖ ਦਿੱਤੀ ਉਹਨਾਂ ਨੇ ਇਹ ਜਿੱਦਕਾ ਕਹਲੋ ਬੀਨ ਦਾ 17 ਸਾਲ ਪਹਿਲਾਂ ਮੇਰੀ ਐਕਸੀਡੈਂਟ ਹੋਇਆ ਸੀਗਾ ਪੌਂਤੀਆਂ ਮੁੱਕ ਗਈਆਂ ਸੀ ਅੱਛਾ ਜੀ ਇੰਨੇ ਸਾਲ ਮੈਂ ਗੱਡੀ ਚਲਾਈ ਗਿਆ ਹੁਣਾਂ ਪੌਂਤੀਆਂ ਕੋਈ ਨਹੀਂ ਚੈੱਕ ਕੀਤੀਆਂ ਠੀਕ ਹੈ ਜੀ ਤੇ ਹੁਣ ਉਹਨਾਂ ਇੱਕ ਗਲਤੀ ਕਰਕੇ ਪੌਂਤੀਆਂ ਚੈੱਕ ਕੀਤੀਆਂ ਪੌਂਤੀਆਂ ਨਹੀਂ ਕਿ ਉਹਨਾਂ ਚ ਠੀਕ ਨਹੀਂ ਚੱਲ ਅੱਛਾ ਨਾ ਤੁਹਾਨੂੰ ਪਤਾ ਸੀ ਪੌਂਤੀਆਂ ਖਤਮ ਹੋ ਗਈਆਂ ਨਹੀਂ ਮੈਂ ਕੋਈ ਨਹੀਂ ਚੈੱਕ ਕੀਤੀਆਂ ਸਰ ਜੀ ਤੇ ਮੈਂ 17 18 ਸਾਲ ਹੋ ਗੱਡੀ ਚਲਾਉਂਦੇ ਨੂੰ ਜਰਮਨ ਗਿਆ ਕਾਫੀ ਵਾਰ 10 ਵਾਰ ਜਰਮਨ ਗਿਆ ਹੁਣ ਚੈੱਕ ਵੀ ਹੋਇਆ ਕਿਸੇ ਨੇ ਨਹੀਂ ਕੁਝ ਨਹੀਂ ਆਖਿਆ ਚੈੱਕ ਕਰਦੇ ਸੀ ਠੀਕ ਹੈ ਅੱਛਾ 17 ਸਾਲ ਬਾਦ ਉਹਨਾ ਚੈੱਕ ਕੀਤਾ ਇਹ 17 ਸਾਲ ਬਾਦ ਮੈਨੂੰ ਦੁਬਾਰਾ ਕਰਨਾ ਪਿਆ ਜੀ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਤੁਸੀਂ ਇੰਨੀ ਚੰਗੀ ਤਰ੍ਹਾਂ ਪੜਾਇਆ ਕਿ ਮੈਂ ਡੇਢ ਮਹੀਨੇ ਚ ਕਵਰ ਕਰ ਗਏ ਅੱਛਾ ਸਿਰਫ ਡੇਢ ਮਹੀਨੇ ਚ ਬਹੁਤ ਸ਼ਾਨਦਾਰ ਜੀ ਪਈਉਂਕਾਰ ਸਾਹਿਬ ਦਾ ਰਿਵੀਜ਼ਿਓਨ ਨੇ ਉਹਨਾਂ ਲਿਖ ਦਿੱਤਾ ਸਿਰ ਰਿਵੀਜ਼ਿਓਨ ਨੇ ਉਹਦੇ ਸਟੂਡੈਂਟਸ ਕੇ ਅਗਰ ਤੁਹਾਡੇ ਕੋਲ ਲਿਸੈਂਸ ਹੈ ਲੇਕਿਨ ਤੁਹਾਡੀਆਂ ਪੂੰਤੀਆਂ ਸਿਫਰ ਹੋ ਜਾਣ ਤੇ ਉਹ ਫਿਰ ਦੁਬਾਰਾ ਕਹਿੰਦੇ ਨੇ ਕਿ ਜਾਓ ਤੁਸੀਂ ਦੁਬਾਰਾ ਥਿਉਰੀ ਕਰੋ ਲੇਕਿਨ ਉਹ ਥਿਉਰੀ ਫਿਰ 30 ਸਵਾਲਾਂ ਵਾਲੀ ਆਲੀ ਆਂਦੀ ਏ ਉਹ 40 ਸਵਾਲਾਂ ਵਾਲੀ ਨਹੀਂ ਹੁੰਦੀ ਤੇ ਇਹਦੇ ਚ ਪਾਜੀ ਤੁਹਾਨੂੰ ਕਿਤੀਆਂ ਗਲਤੀਆਂ ਦੀ ਜਾਂਚ ਸੀ ਉਹਨਾਂ ਦੀ ਤਰਫੋਂ ਇਹਨਾਂ ਚ ਤਰੇ ਗਲਤੀਆਂ ਦੀ ਜਾਂਚ ਸੀ ਹਾਂ ਯਾਨੀ 40 ਤੇ 4 30 ਤਰੇ ਤਿੰਨ ਗਲਤੀਆਂ ਤਿੰਨ ਤੇ ਅੱਛਾ ਤੁਸੀਂ ਲੇਕਿਨ 17 ਸਾਲ ਪਹਿਲੇ ਪੜ੍ਹ ਕੇ ਨਹੀਂ ਸੀ ਕੀਤਾ ਸ਼ਾਇਦ ਉੱਤੇ ਉਦੋਂ ਆਪਣੇ ਪਾਲ ਬੋਚ ਸੀਗਾ ਆਪਣਾ ਜਦਾ ਲੇਕਿਨ ਤੁਸੀਂ ਫਿਰ ਦੁਬਾਰਾ ਫਸ ਗਏ ਹੈ ਨਾ ਮੈਂ ਨੂੰ ਦੁਬਾਰਾ ਐਮ ਨੂੰ ਫਸ ਗਏ ਅੱਛਾ ਲੇਕਿਨ ਤੁਹਾਨੂੰ ਕੀ ਲੱਗਦਾ ਅਗਰ ਹੁਣ ਦੁਬਾਰਾ ਕਰਨਾ ਪੈ ਜੇ ਤੇ ਈਜ਼ੀ ਹੈ ਨਾ ਤੁਹਾਡੇ ਵਾਸਤੇ ਹੈ ਈਜ਼ੀ ਹੈ ਹੁਣ ਤਾਂ ਜਿੱਦਾਂ ਜੇ ਸਾਹਿਬ ਨਾ ਕੀਤਾ ਕੋਈ ਮੁਸ਼ਕਲ ਨਹੀਂ ਦੇਖੋ ਮਾਸ਼ਾਅੱਲਾ ਐਸੀ ਇਹਨਾਂ ਦੀ ਉਹ ਹੋ ਗਈ ਹੈ ਨਾ ਹੁਣ ਰੰਗ ਰੂਟੀ ਜਿਵੇਂ ਫੌਜੀਆਂ ਦੀ ਨਹੀਂ ਸਟਾਰਟਿੰਗ ਚ ਹੋ ਜਾਂਦੀ ਹਾਂਜੀ ਹਾਂਜੀ ਤੁਹਾਨੂੰ ਕੋਈ ਟੈਨਸ਼ਨ ਨਹੀਂ ਦੇਖੋ ਨਾਜ਼ਰੀ ਨਾ ਪੜਨ ਦੀ ਮੋਜ ਜੇ ਉਹਨੇ ਨਾ ਪੜ ਕੇ ਕੀਤਾ ਪਹਿਲਾਂ ਇਹਨਾਂ ਨੇ ਵੈਸੇ ਕੀਤਾ ਸੀ ਪਤਾ ਹੈ ਮੇਰੇ ਖਿਆਲ ਇਸ 7 ਵਿੱਚ ਹੀ ਨੋ ਚੇਂਜ ਹੋ ਗਿਆ ਉਹ ਦੋ ਚਲੇ ਸੀ ਜਿਆ 2002 ਚ ਇਹਨਾਂ ਕੀਤਾ ਸੀ ਉਦੋਂ ਬਗੈਰ ਸਵਾਲਾਂ ਤੋਂ ਪੜਾਈ ਤੂੰ ਸੀ ਲੇਕਿਨ ਹੁਣ ਇਹਨਾਂ ਨੂੰ ਦੁਬਾਰਾ ਥੋੜਾ ਮੁਸ਼ਕਿਲ ਬਣੀ ਹੈ ਲੇਕਿਨ ਉਹਨਾਂ ਨੇ ਪੜ ਕੇ ਕਰ ਲਿਆ ਤੇ ਹੁਣ ਇਹਨਾਂ ਵਾਸਤੇ ਦੁਬਾਰਾ ਕੋਈ ਟੈਨਸ਼ਨ ਨਹੀਂ ਆਇਆ ਵੀ ਤੇ ਇਸ ਵਾਸਤੇ ਜਿਹੜੇ ਦੋ ਨੰਬਰ ਗੇਮਾਂ ਨਾਲ ਕਰਦੇ ਨੇ ਅਗਰ ਉਂਤੀਆਂ ਖਤਮ ਹੋ ਗਈਆਂ ਤੇ ਉਹ ਫਿਰ ਪਤਾ ਹੈ ਮਸਲਾ ਬਣ ਜਾਏਗਾ ਫਿਰ ਦੁਬਾਰਾ ਕਰਨਾ ਔਖਾ ਹੋ ਜਾਏਗਾ ਇਸ ਵਾਸਤੇ ਕੋਸ਼ਿਸ਼ ਤੇ ਹੀ ਕਰੋ ਕਿ ਪੜ੍ਹ ਕੇ ਕਰੋ ਤੇ ਇਹ ਬ੍ਰਦਰ ਦੀ ਤੇ ਦੇਖੋ ਮੈਂ 17 ਸਾਲ ਗੱਡੀ ਚਲਾਈ ਕੇ ਮੈਨੂੰ ਪਤਾ ਨਹੀਂ ਸੀ ਪੌਂਤੀ ਮੋਬੀਆਂ ਕਦੀ ਚੈੱਕੇ ਨਹੀਂ ਕੀਤੀਆਂ ਸੀਗੀਆਂ ਅੱਛਾ 17 ਸਾਲ ਉਹਨਾਂ ਪੁੱਛੇ ਨਹੀਂ ਮੈਂ 2004 ਤੋਂ 0 ਪੌਂਤੀ ਸੀਗੀ ਮੈਂ ਕੌਨ ਚੈੱਕ ਕੀਤੀ ਉਹ ਹੁਣ ਇੱਕ ਗਲਤੀ 17 ਸਾਲ 17 ਸਾਲ ਗੱਡੀ ਚਲਾਈ ਇੱਕ ਪੌਂਤੀ ਦੀ ਗਲਤੀ ਨਹੀਂ ਕੀਤੀ ਆ ਹੁਣ ਇੱਕ ਗਲਤੀ ਹੋਈ ਸੀਗੀ ਉਹਦੇ ਕਰਕੇ ਉਹਨੀ ਵੇ ਸਾਰਾ ਕੰਟਰੋਲ ਕੀਤਾ ਦੇਖਿਆ ਪੌਂਤੀ 0 ਆ ਫੇ ਉਹਨਾਂ ਚਿੱਠੀ ਭੇਜੀ ਅੱਛਾ ਜਦੋਂ ਪੌਂਤੀਆਂ ਸਿਫਰ ਪਾਜੀ ਤੁਹਾਡੀਆਂ ਹੋਈਆਂ ਪੁਲਿਸ ਵਾਲੇ ਚੈੱਕ ਕੀਤਾ ਤੇ ਉਹਨਾਂ ਕੋਈ ਜੁਰਮਾਨਾ ਵਗੈਰਾ ਕੀਤਾ ਨਹੀਂ ਕੋਈ ਜੁਰਮਾਨਾ ਨਹੀਂ ਕੀਤਾ ਅੱਛਾ ਨਹੀਂ ਉਹਨਾਂ ਮੈਨੂੰ ਲੈਟਰ ਘਰ 'ਤੇ ਛੱਡੇ ਸੀ ਉਹਨਾਂ ਉੱਦਾਂ ਕੋਈ ਨਹੀਂ ਪੌਂਤੀਆਂ ਚੈੱਕ ਕੀਤੀ ਅੱਛਾ ਹਾਂ ਠੀਕ ਹੈ ਠੀਕ ਹੈ ਤੁਹਾਨੂੰ ਘਰ ਲੈਟਰ ਆ ਗਿਆ ਕਿ ਤੁਹਾਡੀਆਂ ਲੈਟਰ ਆ ਗਿਆ ਸੀ ਉਹਨੀ ਪੌਂਤੀਆਂ ਕੱਟਣ ਬਾਅਦ ਤੇ ਜਦਾਂ ਉਹਨਾਂ ਨੇ ਚਿੱਠੀ ਭੇਜੀ ਮੇਰੀਆਂ ਪੌਂਤੀਆਂ ਕੱਟਣੀਆਂ ਉਹਨਾਂ ਫੇਰ ਕੰਟਰੋਲ ਕੀਤਾ ਵੀ ਪੌਂਤੀਆਂ ਹਨ ਫੇਰ ਚਿੱਠੀ ਆ ਗਈ ਸੀ अच्छा तुसा किदे ਕੋਲ ਪੜਾਇਆ ਉਹਦੇ ਤੇ ਲਿਖਿਆ ਹੋਇਆ ਸੀ ਕਿ ਪੂੰਤੀਆਂ ਸਿਫਰ ਨੇ ਦੁਬਾਰਾ ਕਰਨੀ ਪੈਂਦੀ ਨਹੀਂ ਅਸੀਂ ਆਪ ਪੜ ਸਕਦੇ ਹਾਂ ਬੱਚੇ ਮਾਸ਼ਾ ਅੱਛਾ ਤਕੜੀ ਨਹੀਂ ਇਸ ਚਿੱਠੀ ਤੋਂ ਪਹਿਲੇ ਤਾਂ ਕੋਈ ਪਤਾ ਨਹੀਂ ਸੀ ਕਿ ਤੁਹਾਡੇ ਲਾਇਸੈਂਸ ਦੀਆਂ ਪੂੰਤੀਆਂ ਸਿਫਰ ਹੋ ਗਈਆਂ ਨਹੀਂ ਜੀ ਮੈਨੂੰ ਕੋਈ ਨਹੀਂ ਪਤਾ ਸੀ ਉਹ ਚਿੱਠੀ ਦੇਖ ਕੇ ਤਾਂ ਕਹਿ ਲੋ ਹੁਣ 18 ਸਾਲ ਬਾਅਦ ਤੁਹਾਨੂੰ ਦੁਬਾਰਾ ਲਾਇਸੈਂਸ ਕਰਨਾ ਪਿਆ ਤੇ ਜਦੋਂ ਚਿੱਠੀ ਆਈ ਕਿ ਐਸਾ ਲੱਗਾ ਬੜਾ ਮਜ਼ਾ ਆਇਆ ਫਿਰ ਉਹ ਉਸ ਤਰ੍ਹਾਂ ਦਿਮਾਗੋਂ ਗਿਆ ਅੱਸ਼ਰ ਅੱਲਾਹ ਲੇਕਿਨ ਤੁਸੀਂ ਬੜੇ ਹਿੰਮਤ ਵਾਲੇ ਹੋ ਤੁਸੀਂ ਸ਼ੇਰਦਿਲ ਬਹਾਦਰ ਰਹੇ ਹੋ ਮਾਸ਼ਾਅੱਲਾ ਤੁਸਾਂ ਫੇਰ ਹਿੰਮਤ ਕੀਤੀ ਨਾਰਾ ਮਾਰਿਆ ਅੱਜ ਫੇਰ ਤੁਸੀਂ ਲਾਇਸੈਂਸ ਕਰਕੇ ਤੇ ਹੁਣ ਗੱਡੀ ਤੇ ਬੋਵੋਗੇ ਪੂਰੇ ਜਨਾਬੇ ਵਾਲਾ ਰੋਬ ਦੇ ਨਾਲ ਉਹਨਾਂ ਕੋਲ ਉਹ ਸ਼ਾਂ ਕਰਕੇ ਹੁਣ ਲੰਘ ਕੇ ਜਾਣਾ ਤੁਸੀਂ ਹਾਂਜੀ ਹਾਂਜੀ ਹੁਣ ਤਾਂ ਇਹਦੀ ਕਰਨਾ ਪੜੇਗਾ ਲੋ ਜੀ ਇਹ ਬੜੇ ਡੇਡ ਮਹੀਨੇ ਦੇ ਸਟੂਡੈਂਟ ਸੀ ਅੱਛਾ ਲੇਕਿਨ ਡੇਡ ਮਹੀਨੇ ਭਾਜੀ ਤੁਸੀਂ ਪੜਾਈ ਕਰ ਲਈ ਕੀਤੀ ਉਹਦੇ ਵਿੱਚੋਂ ਮੈਂ 17 ਦਿਨ ਜਿਹੜਾ ਉਹ ਸਹੀ ਮੈਂ ਪੜਿਆ ਛੁੱਟੀਆਂ ਕਰਕੇ ਬਾਕੀ ਦਿਨ ਕੰਮ ਤੇ ਜਾਂਦਾ ਸੀ ਗਰਾਂ ਨੂੰ 12 1 ਵਜੇ ਕੰਮ ਤੇ ਜਾਣਾ ਫਿਰ ਕੋਈ ਨਹੀਂ ਟਾਈਮ ਮਿਲ ਹਾਂ ਹਾਂ ਟੋਟਲ ਜਿਹੜੇ 17 ਦਿਨ ਮੈਂ ਕਲਾਸਾਂ 'ਨ ਆਧਾਰਿਆ ਸਾਰਾ ਸਾਰਾ ਦਿਨ 17 ਦਿਨ ਚੰਗੀ ਪੜਾਈ ਕੀਤੀ ਅੱਛਾ ਤੇ ਭਾਜੀ ਜਿਸ ਤਰ੍ਹਾਂ ਤੁਸੀਂ ਸਿਰਫ 17 ਦਿਨ ਕਹਿ ਰਹੇ ਹੋ ਮੈਂ ਲਾਏ ਨੇ ਤੇ ਉਸ ਤੋਂ ਪਹਿਲੇ ਤੁਸੀਂ ਜ਼ਾਹਿਰ ਹੈ ਕਦੀ ਨਹੀਂ ਸੀ ਪਤੈਂਤੇ ਪੜਿਆ नहीं नहीं पहला कभी इस तरह इतने थोड़े टाइम्स किसका पूरे सर सवाल कर सकते हैं, हैं जरूर फियाज साहब का सवाल इस बाद आएगा सॉरी सर मादर मादर चैनल डिस्टर्ब कर रहा सर मैं ये पूछना चाह रहा हूं कि भाईजान कह रहे हैं 17 साल सर इन 10 साल बाद लाइसेंस रिन्यू करवाया तो क्या उस टाइम उन्होंने कंट्रोल नहीं हुआ कि 17 में दो गुना कोई कंट्रोल नहीं किया दो बार सॉरी सर दूसरा भाईजान तो अस्सलाम वालेकुम सर वालेकुम अस्सलाम जी आमिर सुहेल साहब वेलकम जी अच्छा ते ਇਹ ਬੜਾ ਅੱਛਾ ਕੁਐਸਚਨ ਸੀ ਕਿ ਭਾਜੀ ਜਦ 2002 ਤੁਸੀਂ ਕੀਤਾ ਫਿਰ 10 ਸਾਲਾਂ ਬਾਅਦ ਜਦ ਤੁਸੀਂ ਦੁਬਾਰਾ ਰੀਨਿਊ ਕਰਾਇਆ ਤੇ ਉਹਨਾਂ ਨੇ ਪੂੰਤੀਆਂ ਨਾ ਚੈੱਕ ਕੀਤੀਆਂ ਕੋਈ ਪੂੰਤ ਨਾ ਦੋ ਵਾਰ ਨਹੀਂ ਉਪਰਾਇਆ ਛੱਡ ਦੋ ਦੋ ਵਾਰ ਨਹੀਂ ਉਪਰਾਇਆ ਉਹਨਾਂ ਨੇ ਕੋਈ ਪੂੰਤੀ ਨਹੀਂ ਚੈੱਕ ਕੀਤੀ ਅੱਛਾ ਹਾਂ ਥੋੜਾ ਜਿਹਾ ਇਹਨਾਂ ਦਾ ਨਾ ਮਤਲਬ ਕਿਸੇ ਵੇਲੇ ਦੇਖੀਦਾ ਇਹ ਕੋਈ ਚੀਜ਼ ਇਗਨੋਰ ਹੋ ਜਾਂਦੀਆਂ ਨੇ ਨਾ ਕੋਲੋਂ ਕਿਉਂਕਿ ਨਾ ਕੋਈ ਅਜਾ ਦਿਨ ਕੋਲ ਜਿਹੜਾ ਪੂੰਤੀਆਂ ਦਾ ਚੱਕਰ ਹੈ 2003 ਕ 4 ਦੇ ਵਿੱਚ ਪੂੰਤੀਆਂ ਦਾ ਕੱਕਾ ਨਹੀਂ ਸੀਗਾ ਪੌਂਕੀਆਂ ਨਹੀਂ ਸੀ ਠੀਕ ਹੈ ਜੀ ਸਰ ਜੀ ਨਾਈਸ ਵੈਲਕਮ ਵਾਲੇਕੁਮ ਸਲਾਮ ਨਦੀਮ ਸਾਹਿਬ ਵੈਲਕਮ ਜੀ ਅਸੀਂ ਯਾਸਰ ਗੁਜਰ ਸਾਹਿਬ ਨੂੰ ਯਾਸਰ ਇਕਬਾਲ ਸਾਹਿਬ ਨੂੰ ਥੋੜਾ ਦਵਤ ਦੇਾਂਗੇ ਕੋਈ ਗੱਲਬਾਜ਼ ਦੱਸਣ ਯਾਸਰ ਸਾਹਿਬ ਸੁਣਾਓ ਪਹਿਲੇ ਤੇ ਕੰਗ੍ਰੈਚੁਲੇਸ਼ਨ ਅਲੈਕੁਮ ਸਲਾਮ ਸਰ ਜੀ ਵਾਲੇਕੁਮ ਸਲਾਮ ਜੀ ਆਇਆਂ ਨੂੰ ਬੜੀ ਖੁਸ਼ੀ ਹੋਈ ਏ ਅੱਜ ਲਾਇਸੈਂਸ ਤੁਸੀਂ ਕੀਤਾ ਮਾਸ਼ਾਅੱਲਾ ਛੱਕਾ ਮਾਰਿਆ ਤੇ ਕਿਹੈਸਾ ਰਿਹਾ ਤੁਹਾਡਾ ਪੇਪਰ ਜੀ 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 ਅਲhamdulillah ਬਿਲਕੁਲ ਠੀਕ ਰਿਹਾ ਸਰ ਜੀ ਮੈਂ ਕੋਲ ਨੂੰ ਭੱਜ ਜਾਂਦੇ ਸੀ ਅੱਛਾ ਜੀ ਬਿਲਕੁਲ ਸ਼ਾਂਤ ਸਵਾਲ ਨੇ ਬਿਲਕੁਲ ਕੋਈ ਮਸਲੇ ਨਹੀਂ ਹੈ ਤੇ ਐ ਮੇਰੇ ਕੋ ਫੋਲੀਓ ਰੋਸ ਹੈ ਵਾਹ ਜੀ ਵਾਹ ਦੁਬਾਰਾ ਕੰਗ੍ਰੈਚੁਲੇਸ਼ਨ ਆਖੋ ਜੀ ਯਾਸਰ ਸਾਹਿਬ ਫੋਲੀਓ ਰੋਜ਼ਾ ਦਿਖਾ ਰਹੇ ਨੇ ਆਪ ਜੀ ਅਸਲਾਮ ਅਲੈਕਮ ਭਾਈ ਜਾਨ ਬਹੁਤ ਬਹੁਤ ਮੁਬਾਰਕ ਹੋ ਮੁਬਾਰਕ ਹੋ ਭਾਈ ਜਾਨ ਮੁਬਾਰਕ ਹੋਵੇ ਤੇ ਭਾਈ ਜਾਨ ਨੂੰ ਬਹੁਤ ਮੁਬਾਰਕ ਹਾਂ ਭਾਈ ਜਾਨ ਮੁਬਾਰਕ ਹਾਂ ਅਸਲਾਮ ਅਲੈਕਮ ਸਰ ਜੀ ਵਾਲੇਕੁਮ ਅਸਲਾਮ ਮੁਬਾਰਕ ਹਾਂ ਜੀ ਬਹੁਤ ਬਹੁਤ ਮੁਬਾਰਕ ਹਾਂ ਸਾਰੇ ਹੋਣਾ ਨੂੰ ਵੀ ਤੇ ਆਪਣੇ ਵੀਰਾਂ ਨੂੰ ਮੁਬਾਰਕ ਹਾਂ ਅਰ ਜੀ ਮੁਬਾਰਕ ਹੋਏ ਸੈਂਪਾਈਰਨ ਤੋਂ ਬਹੁਤ ਬਹੁਤ ਮੁਬਾਰਕ ਆ ਭਾਈ ਜਾਸਰ ਸਾਹਿਬ ਮਾਸ਼ਾਅੱਲਾ ਸਾਡੇ ਕੁਮੇ ਮੁਬਾਰਕ ਹੋਏ ਭਾਈ ਯਾਸਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਹੈਲਲੂਇਆ ਮਾਸ਼ਾਅੱਲਾ ਬਹੁਤ ਖੁਸ਼ੀ ਹੋਈ ਹੈ ਜੀ ਬ੍ਰਦਰ ਸਾਡੇ ਫੋਲੀਓ ਰੋਜ਼ਾ ਵੀ ਲੈ ਕੇ ਆਏ ਨੇ ਦਿਖਾ ਰਹੇ ਨੇ ਕਿਹਸਾ ਪਿਆਰਾ ਲੱਗਦਾ ਤੁਹਾਨੂੰ ਫੋਲੀਓ ਰੋਜ਼ਾ ਬੜਾ ਸੰਭਾਲ ਸੰਭਾਲ ਕੇ ਰੱਖਦੇ ਹੋਣੇ ਨੇ ਯਾਸਰ ਸਾਹਿਬ ਕੋ ਪਹਿਲੀਆ ਦੇਖਦੇ ਕੋ ਤੁੰ ਜਸਨੀ ਉਹ ਕਿਸ ਤਰ੍ਹਾਂ ਕਹਿੰਦੇ ਰੰਗ ਲਾ ਪਿਆ ਹੁੰਦਾ ਹੈ ਨਾ ਇਹਦਾ ਆਪਣਾ ਵੀ ਰੰਗ ਲਾਲ ਹੈ ਜੀ ਫੋਲੀਓ ਰੋਜ਼ੇ ਦਾ ਅਸਲ ਡਿਉਟੀ ਬਹੁਤ ਲੱਗੀ ਹੈ ਨਾ ਯਾਸਰ ਭਾਈ ਦੇ ਪਿੱਛੇ ਉਹ ਫਿਰ ਬਹੁਤ ਹੀ ਪਿਆਰਾ ਲੱਗਦਾ ਹੈ ਤੇ ਚਲੋ ਮਾਸ਼ਾਅੱਲਾ ਤੁਹਾਡੀ ਤੁਹਾਡੀ ਮੈਂ ਭਾਈ ਦੇਖੋ ਸਰ ਜੀ ਮੇਰਾ ਤਾਂ اتنا ਟਾਈਮ ਨਹੀਂ ਮੈਨੂੰ 53 2 ਮਹੀਨੇ ਕਲਾਸਾਂ ਦਿੱਤੀਆਂ ਤੁਹਾਡੇ ਕੋਲ ਤੇ 2 ਮਹੀਨੇ ਤੋਂ ਬਾਅਦ ਮੈਂ ਕਲਾਸ ਨਹੀਂ ਲੈਤੀ ਅੱਛਾ ਜੀ ਉਸ ਤੋਂ ਬਾਅਦ ਮੈਂ ਐਸਸੀ ਸਕੂਲ ਨੂੰ ਉਹ ਜਗ੍ਹਾ ਸੇ ਕੋਈ ਅਪਾਇੰਟਮੈਂਟ ਦਾ ਸਿਰ ਮੈਂ ਦਿੱਤੇ ਸੀ ਤੇ ਉਹਨਾਂ ਮੇਰਾ ਬਸ ਜ਼ਿਆਦਾ ਟਾਈਮ ਲਾ ਦਿੱਤਾ ਜੇ ਕੰਦਰੀ ਜਨਰੇਟ ਕਰਵਾ ਦੇਾਂਗੇ ਪਰ ਅਸੀਂ ਕਰਵਾ ਦੇਾਂਗੇ ਦੇਖਾਂ ਕੋਈ ਨਾ ਕੋਈ ਮੇਰੇ ਜੱਕ ਮਾਰਚ ਮਾਰਚ ਦੇ ਅੰਤ ਮਾਰਚ ਦੇ ਤੇ ਹੁਣ ਇਨਸ਼ਾਅੱਲਾ ਕੰਮ ਕਰਾਈ ਕਿ ਨਾ ਹੋ ਗਿਆ ਸੀ ਅੱਛਾ ਤੇ ਯਸਰ ਇਕਬਾਲ ਤੁਸੀਂ ਕਹਿ ਰਹੇ ਹੋ ਕਿ 2 ਮਹੀਨੇ ਤਿਆਰੀ ਹੋ ਗਈ ਜੀ ਬਿਲਕੁਲ ਮਾਸ਼ਾਅੱਲਾ ਐਸੀ ਫਿਰ ਉਸ ਤੋਂ ਬਾਅਦ ਮੈਂ ਕਲਾਸ ਨਹੀਂ ਲਿੱਤੀ ਫਿਰ ਮੈਂ ਘਰ ਨੂੰ ਸ਼ਾਂਤ ਨੂੰ ਆਂਦਾ ਅੱਛਾ ਘਰ ਨੂੰ ਸਕੂਲ ਨੂੰ ਪੜਦਾ ਸੀ ਠੀਕ ਹੈ ਐਸਾ ਕੀ ਤਰੀਕਾ ਸੀ ਕਿ 2 ਮਹੀਨੇ ਤੜੀ ਤਿਆਰੀ ਹੋ ਗਈ ਔਰ ਓਂਕਾਰ ਸਿੰਘ ਸਾਹਿਬ ਕਹਿੰਦੇ ਨੇ ਮੈਂ ਸਿਰਫ 17 ਦਿਨਾਂ ਹੀ ਤਿਆਰੀ ਕਰ ਲਈ ਸਾਡੇ ਸਟੂਡੈਂਟ ਤੇ ਵਿਚਾਰੇ ਪਰੇਸ਼ਾਨ ਨੇ ਕਿ ਕੀ ਤਰੀਕਾਕਾਰ ਸੀ ਤੁਹਾਡਾ ਯਾਸਰ ਸਾਹਿਬ ਪੜਾਈ ਦਾ ਦੇਖੋ ਇਹ ਛੋਟੀ ਛੋਟੀ ਇੱਕ ਚੀਜ਼ ਨੂੰ ਤੁਸੀਂ ਸਮਝ ਲੈਂਦੇ ਹੋ ਜਿਸ ਤਰ੍ਹਾਂ ਸਾਜੀ ਤੁਸੀਂ ਮੈਂ ਤੁਹਾਡੀਆਂ ਬਹੁਤ ਛੋਟੇ ਛੋਟੇ ਪੁਆਇੰਟ ਨੋਟ ਕਿੱਥੇ ਸੀ ਪੱਕ ਬੰਦੇ ਦੀ ਗਲਤੀ ਹੁੰਦੀ ਹੈ ਮੈਂ ਉਹਨਾਂ ਪੁਆਇੰਟਾਂ ਨੂੰ ਨੋਟ ਕਰਦਾ ਵੀ ਬੁੱਕਸ ਦਾ ਧਿਆਨ ਕਰਦਾ ਸੀ ਤੁਹਾਡੀ ਕਲਾਸਾਂ ਵਿੱਚ ਜਿਸ ਤਰ੍ਹਾਂ ਅਦਰਸ ਸੀਨਾ ਤੂੰ ਮਨੋਚਿਤਮ ਬਹੁਤ ਮਤਲਬ ਕਿ ਨਾਲ ਲੱਗਦੀ ਸੀ ਵੀ ਇਹ ਚੀਜ਼ ਅਸਲ ਦੀ ਆਏਗੀ ਜਲਦੀ ਐਵੇਂ ਜਲਦੀ ਜੀ ਯਾਸਰભાઈ ਦਾਸਰੇ ਸੀ ਕਿ 2 ਮਹੀਨੇ ਚਲਾ ਨੇ ਕਵਰ ਕੀਤਾ ਬੜੀ ਖੁਸ਼ੀ ਦੀ ਹੁੰਦੀ ਹੈ ਔਰ ਬੜੀ ਮਤਲਬ ਇਰਾਨਗੀ ਵੀ ਹੁੰਦੀ ਹੈ ਕਿ ਇਤਨੇ ਟਾਈਮ ਥੋੜੇ ਟਾਈਮ ਚ ਕਿਸ ਤਰ੍ਹਾਂ ਤਿਆਰੀ ਕਰ ਲੈਣਾ ਫੋਲੀਓ ਰੋਜ਼ਾ ਦਿਖਾ ਰਹੇ ਨੇ ਤੁਹਾਨੂੰ ਤੇ ਉਹ ਕਹਿ ਰਹੇ ਨੇ ਕਿ ਮੈਂ ਨਾ ਪੁਆਇੰਟਸ ਛੋਟੇ ਛੋਟੇ ਨੋਟ ਕਰਦਾ ਸੀ ਸਵਾਲਾਂ ਨੂੰ ਕਿਸ ਤਰ੍ਹਾਂ ਕਾਬੂ ਕਰਨਾ ਕਿੰਜ ਸਵਾਲਾਂ ਨੂੰ ਘੇਰਾ ਪਾਣਾ ਮੈਂ ਉਹ ਚੀਜ਼ਾਂ ਨੋਟ ਕਰਦਾ ਸੀ ਤੇ مزید ਦੱਸਦੇ ਨੇ ਜੀ ਯਾਸਿਰ ਸਾਹਿਬ ਬਿਲਕੁਲ ਜੀ ਤੇ مزید ਉਸ ਤੋਂ ਬਾਅਦ ਫਿਰ ਕਿਹਨਾਂ ਜਿਸ ਨਾਲ ਮੈਂ ਕਲਾਸ ਲਈ ਸੀ तकरीबन ਆਖਰੀ ਮਹੀਨੇ ਤਿੰਨ ਕਲਾਸਾਂ ਲੈ ਲਈ ਪਹਿਲੇ ਮਹੀਨਾ ਮੈਂ ਇੱਕ ਕਲਾਸ ਕੰਨਸ ਠੀਕ ਹੈ ਜੀ ਤੇ ਫਿਰ ਮੈਂ ਘਾਹਰੀ ਸਰ ਜੀ ਪੜਿਆ ਕਿ ਇਹਨਾਂ ਤੇ ਸਵਾਲ ਵੀ ਇਤਨੇ ਮੁਸ਼ਕਿਲ ਨਹੀਂ ਹਨ ਜੀ ਜੀ ਬਾਈ ਨਾਲ ਕੋਈ ਮਨੋ ਪ੍ਰੋਬਲਮ ਹੈ ਦੇਖੋ ਤੁਸੀਂ ਕਹਿੰਦੇ ਸੀ ਵੀ ਛੋਟੇ ਛੋਟੇ ਸਵਾਲ ਆਉਂਦੇ ਨੇ ਹੈ ਵੀ ਬਿਲਕੁਲ ਛੋਟੇ ਛੋਟੇ ਨੇ ਹਾਂ ਬਿਲਕੁਲ ਜ਼ੀਰੋ ਜਿਸ ਨਾਲ ਕੋਈ ਇਤਨੇ ਵੱਡਾ ਕੋਈ ਸਵਾਲ ਹੈ ਜੀ ਜੀ ਬਾਈ ਨਾਲ ਕੋਈ ਮੁਸ਼ਕਲ ਨਹੀਂ ਪੇਪਰ ਨੂੰ ਮੋਬਾਈਲ ਦੇ ਕਰੀਬ ਕਰੋ ਜਰਾ ਕੈਮਰੇ ਦੇ ਕਰ ਹਾਂ ਜੀ ਸਟੂਡੈਂਟਸ ਤੁਸੀਂ ਦੇਖੋ ਪਲੀਜ਼ ਕੋਈ ਮੁਸ਼ਕਲ ਕੋਈ ਸਵਾਲ ਹੈ ਨਹੀਂ ਜਿਹਦੇ ਤੇ ਕੋਈ ਬੰਦਾ ਕਹੇ ਐਸ ਤਰ੍ਹਾਂ ਜੀ ਦੇਖੋ ਮਾਸ਼ਾਅੱਲਾ ਬਿਲਕੁਲ ਛੋਟੇ ਛੋਟੇ ਸਵਾਲ ਹਾਂ ਠੀਕ ਹੈ ਜੀ ਸਿਗਨਲ ਵੀ ਬਿਨਾਂ ਸਿਗਨਲ ਤੋਂ ਵੀ ਜਿੰਨਾ ਉਹ ਕਿਸ ਤਰ੍ਹਾਂ ਕਹਿੰਦੇ ਜਿੰਨਾ ਸਵਾਲ ਆਉਣਾ ਚਾਹੀਦਾ ਉਸ ਨਾਲ ਵੀ ਇੱਕ ਸਵਾਲ ਨਹੀਂ ਆ ਰਿਹਾ ਅੱਛਾ ਲੋ ਜੀ ਦੇਖ ਰਹੇ ਹੋ ਸਟੂਡੈਂਟਸ ਇਸ ਤਰ੍ਹਾਂ ਦੇ ਕੁਐਸਚਨ ਨੇ ਕੁਝ ਸਿਗਨਲ ਆਲੇ ਨੇ ਕੁਝ ਬਗੈਰ ਸਿਗਨਲ ਪਰ ਛੋਟੇ ਛੋਟੇ ਇੱਕ ਲਾਈਨ ਦੇ ਸਵਾਲ ਨੇ ਐਂਜ ਲੱਗਦਾ ਕਿ ਮੋਤਰੀ ਦਾ ਸੁੰਨਿਆ ਹੋਇਆ ਨਾ ਮਿਲੇ ਹੋਏ ਸੀ ਦੇਖੋ ਛੋਟੇ ਛੋਟੇ ਸਵਾਲ ਮਾਸ਼ਾਅੱਲਾ ਭਈ ਇਹਨਾਂ ਦੀ ਗੁੱਡ ਲੱਕ ਸਰ ਜੀ ਮੇਰੇ ਨਾਲ ਦੇ 7 ਟਾਲੀਆਂ ਸਨ ਤੇ ਉਹ ਫੇਲ ਹੋ ਗਏ ਸਨ ਅੱਲਾ ਹੀ ਅੱਲਾ ਅੱਛਾ ਅੱਛਾ ਸਾਨੂੰ ਇਸ चीज ਜਨਾਬ ਤੁਸੀਂ ਗਿਰਤ ਦੇ ਰਸਤਾ ਤੁਸੀਂ ਹਾਂ ਬੇਸ਼ੱਕ ਸਰ ਆਦਵੀਆ ਮਾਸ਼ਾਅੱਲਾ ਮਿਹਨਤ ਆ ਹਾਂ ਹਾਂ ਮੈਂ ਇੱਕ ਇਹ ਵੀ ਦੱਸ ਜੀ ਜਿਸ ਟਾਈਮ ਉਥੋਂ ਨਿਕਲਿਆ ਤੇ ਮਨੂ ਕਬਲ ਲਗਦੀ ਮੈਂ ਜੀ ਅਸੀਂ ਇਹ ਸੋਚ ਕੇ ਖੁਸ਼ ਨਾ ਹੋਈਏ ਕਰੀਏ ਕਿ ਇਟਾਲੀਅਨ ਫੇਲ ਹੋ ਗਏ ਸੀ ਹੋਰ ਸਾਡਾ ਸਟੂਡੈਂਟ ਪਾਸ ਹੋਇਆ ਕਿਉਂਕਿ ਦੇਖੋ ਇਹ ਮੇਜ਼ਬਾਨ ਨੇ ਅਸੀਂ ਮਹਿਮਾਨ ਆ ਔਰ ਆਰ ਮੁਸ਼ਕਲ ਹਾਲਾਤ ਵਿੱਚ ਵੀ ਅੱਛੇ ਹਾਲਾਤ ਵਿੱਚ ਵੀ ਸਾਨੂੰ ਸੰਭਾਲਦੇ ਨੇ ਮਨੂ ਇਹਨਾਂ ਚ ਬੜੀ ਅੱਛੀ ਚੀਜ਼ ਲੱਗਦੀ ਹੈ ਕਿ ਫਰਕ ਨਹੀਂ ਕਰਦੇ ਠੀਕ ਹੈ ਨਾ ਸਾਡੇ ਜਿਸ ਤਰ੍ਹਾਂ ਇਸਲਾਮ ਵਿੱਚ ਵੀ ਲਿਖਿਆ ਹੈ ਕਿ ਬਰਾਬਰੀ ਦਾ ਮਾਮਲਾ ਕਰਨਾ ਚਾਹੀਦਾ ਤੇ ਇਹ ਫਰਕ ਨਹੀਂ ਕਰਦੇ ਹਰ ਮਾਮਲੇ ਵਿੱਚ ਚਲੋ ਅੱਛੇ ਬੁਰੇ ਇਨਸਾਨ ਤੇ ਹਰ ਜਗ੍ਹਾ ਮੌਜੂਦ ਹੁੰਦੇ ਨੇ ਪੰਜੇ ਉਂਗਲਾਂ ਬਰਾਬਰ ਨਹੀਂ ਠੀਕ ਹੈ ਨਾ ਤੇ ਇਹ ਚੀਜ਼ ਨੂੰ ਕਦੀ ਨਾ ਸੋਚੀਏ ਆਪਣੇ ਦਿਲ ਵਿੱਚ ਨੂੰ ਆਪਣੇ ਖੁਸ਼ਬੂ ਨੂੰ ਵੈਲਕਮ ਕਰੀਏ ਮਾੜੀਆਂ ਚੀਜ਼ਾਂ ਨਹੀਂ ਕਿ ਹਾਂ ਵੇਖੋ ਜੀ ਇਟਾਲੀਅਨ ਸਾਰੇ ਫੇਲ ਹੋ ਗਏ ਨੇ ਸਾਡੇ ਬੰਦੇ ਪਾਸ ਹੋ ਗਏ ਨੇ ਉਹਨਾਂ ਨੂੰ ਵੀ ਅੱਲਾ ਪਾਸ ਕਰੇ ਮਿਹਨਤ ਕੋਸ਼ਿਸ਼ ਕਰਕੇ ਜਾਂਦੇ ਨੇ ਮੋਸਟਲੀ ਬੱਚੇ ਹੁੰਦੇ ਨੇ ਥੋੜਾ ਜਿਹਾ ਪ੍ਰੋਬਲਮ ਇਹ ਹੈ ਕਿ ਉਹ ਬਹੁਤ ਜ਼ਿਆਦਾ ਇਨੀ ਡਿਊਟੀ ਨਹੀਂ ਦਿੰਦੇ ਜਿੰਨੀ ਕੋਈ ਤੁਸੀਂ ਦਿੰਦੇ ਹੋ ਉਹ ਪਤਾ ਲੈਕਚਰ ਲੈ ਕੇ ਸਕੂਲਾਂ ਵਿੱਚ ਉਹ ਮਾਸਟਰ ਦਾ ਲੈਕਚਰ ਸੁਣ ਕੇ ਪ੍ਰੈਕਟਿਸ ਕਰਕੇ ਆਈਡੀਆ ਜਿਆ ਲਾ ਕੇ ਚਲੇ ਜਾਂਦੇ ਨੇ ਲੇਕਿਨ ਉਹਨਾਂ ਚ ਇੱਕ ਗੁੱਡ ਚੀਜ਼ ਮਨੂਏ ਲੱਗੀ ਜੇ ਯਾਸਰ ਭਾਈ ਜਿਵੇਂ ਸਾਡੇ ਸਟੂਡੈਂਟ ਨਾ ਠੀਕ ਠਾਕ ਮਿਹਨਤ ਕਰਦੇ ਨੇ ਮਾਸ਼ਾਅੱਲਾ ਔਰ ਬਿਲਕੁਲ ਗਲਤੀਆਂ ਨੂੰ 0 1 2 ਤੇ ਪਹੁੰਚਾ ਕੇ ਫਿਰ ਜਾਂਦੇ ਨੇ ਹੈਨਾ ਤੇ ਉਹ ਇਸ ਤਰ੍ਹਾਂ ਨਹੀਂ ਕਰਦੇ ਪਰ ਦੇਖਦੇ ਨੇ ਗਲਤੀਆਂ ਠੀਕ ਨੇ ਤਕਰੀਬਨ ਪਾਸ ਫੇਲ ਹੋ ਰਿਹਾ ਮਿਕਸ ਹੀ ਕੰਮ ਤੇ ਉਹ ਪ੍ਰੋਵਾ ਕਰ ਆਉਂਦੇ ਨੇ ਉਹਨਾਂ ਚ ਫਿਰ ਕਈ ਵਾਰੀ ਪਾਸ ਹੋ ਜਾਂਦੇ ਨੇ ਕਈ ਵਾਰ ਰਹਿ ਜਾਂਦੇ ਨੇ ਤੇ ਉਹ ਇਹ ਚੀਜ਼ ਵੀ ਥੋੜੀ ਉਹ ਉਸੇ ਸਕੂਲ ਦੇ ਵਿੱਚ ਉਹਨਾਂ ਦਾਖਲਾ ਲਈਆ ਸੀ ਉਸੇ ਸਕੂਲ ਦੇ ਵਿੱਚ ਮੈਂ ਲਿਆ ਸੀ ਉਹ ਵੀ ਨਾਲੇ ਸ਼ਾਮ ਤੱਕ ਸਿੱਧਾ ਲੰਘਦੇ ਸੀ ਨਾ ਜਿਸ ਤਰ੍ਹਾਂ ਲੋਕ ਇਹ ਕਹਿੰਦੇ ਸੀ 3-4 ਗਲਤੀਆਂ ਹੁੰਦੀਆਂ ਨੇ 3-4 ਰੱਖਦੇ ਆ ਮੈਂ ਲਗਭਗ 4 ਮਹੀਨੇ ਤਕਰੀਬਨ ਕਿਤੇ ਲਾਇਆ ਜਿਸ ਸਕੂਲ 4 ਮਹੀਨੇ 1 2 1 2 3 ਗਲਤੀ ਨਹੀਂ ਗਈ ਆ ਉਹ ਵੀ ਨਾਲੇ ਥੋੜੀ ਗਲਤੀਆਂ ਨਾਲ ਦੇ ਜਿਸ ਤਰ੍ਹਾਂ ਇਹ ਕਿੰਸੀ ਕਰ ਜਾਣਾ ਲਈ ਸੀ ਤੋਂ ਉਹਨਾਂ ਨੇ ਤਕਰੀਬਨ 1 ਦੀਆਂ 7 ਸਾਂ 1 ਦੀਆਂ 6 ਸਾਂ 1 ਦੀਆਂ 5 ਸਾਂ ਠੀਕ ਹੈ ਜੀ ਅਜ਼ਰ ਮਿਹਨਤ ਬਹੁਤ ਹੈ ਨਾ ਸਾਡੇ ਪਤਾ ਹੀ ਨਹੀਂ ਚੱਲਿਆ ਫਿਰ ਬਾਹਰ ਜਿਸ ਟਾਈਮ ਬਾਹਰ ਨਿਕਲਿਆ ਤੇ ਮੰਨੂ ਕੋਈ ਨਹੀਂ ਜਮਾਨਾ ਫਾਈਲ ਪਕੜਾਈਏ ਤੇ ਮੰਨੂ ਕੋਈ ਪਤਾ ਚੱਲਾ ਨਾ ਪਾਸ ਆ ਫੇਲ ਨਾ ਤੇ ਮੰਨੂ ਉਹ ਨਾਲੇ ਸੀ ਮੈਂ ਪੁੱਛਿਆ ਤੁੰਨਾ ਕਵੀ ਪਾਸ ਹੈ ਹੁਣ ਫੇਰ ਵੀ ਯਕੀਨ ਨਹੀਂ ਆ ਮੈਂ ਫਾਈਲ ਲੈ ਕੇ ਸਿੱਧਾ ਸਕੂਲ ਗਿਆ ਕਿਉਂ ਨਾ ਕਿਹਾ ਵੀ ਤੂੰ ਪਾਸ ਹੈ ਜਾ ਕੇ ਹੋਲੀਓ ਸੋਤਾ ਤੇ ਰਣਕਾਲ ਅਸਧ ਨੂੰ ਧਿਆਨ ਅੱਛਾ ਜੀ ਅਸੀਂ ਕਾਲਨ ਸਾਹਿਬ ਆ ਲਾ ਜਾਗੇ ਸਾਡੇ ਮੁਕਾਬਲੇ ਤਰਾ ਭਾਈ ਬੜੇ ਡਿਫਰੈਂਟ ਜੇ ਸਟੂਡੈਂਟ ਨੇ ਇਹਨਾਂ ਨੇ ਮਤਰੇ ਰਿਵੀਜ਼ਿਓਨੇ ਵਾਲਾ ਮਤਲਬ ਇਹ ਐਗਜ਼ਾਮ ਦਿੱਤਾ ਹੈ 30 ਵਾਲਾ ਆ ਸਟੂਡੈਂਟਸ ਕਦੀ ਮੈਂ ਵੀ ਮੇਰੇ ਕੋਲ ਐਸਾ ਸਟੂਡੈਂਟ ਨਹੀਂ ਆਇਆ 30 ਵਾਲਾ ਪਹਿਲਾਂ ਆ ਗਿਆ ਤੇ 6 ਤੱਕ ਕਰ ਲਿਆ ਬਹੁਤ ਮਿਹਰਬਾਨੀ ਤੁਸੀਂ ਪੜਾਉਂਦੇ ਬਹੁਤ ਵਧੀਆ ਤਰੀਕੇ ਨਾਲ ਐ ਜੋ ਗੱਲਾਂ ਸਮਝ ਆ ਜਾਂਦੀਆਂ ਆ ਹਾਂ ਮਾਸ਼ਾਅੱਲਾ ਓੰਕਾਰ ਸਿੰਘ ਸਾਹਿਬ ਤੁਸੀਂ ਐਡਮਿਸ਼ਨ ਕਦੋਂ ਲਿਆ ਤੇ ਪਾਸ ਤੇ ਅੱਜ ਹੋਏ ਹੋਏ ਤੇ ਸਾਨੂੰ ਡੇਟ ਪਤਾ ਲੱਗ ਗਈ ਮੈਂ ਫਰਵਰੀ ਚ ਲਿਆ ਸੀ ਦਿਨ ਸੀ ਫਰਵਰੀ ਚ ਫਰਵਰੀ ਦੀ ਕਿਸ ਤਾਰੀਖ ਨੂੰ ਫਰਵਰੀ ਚੰਗਲ ਕੋਈ ਕੋਈ ਜਾਦ ਨਹੀਂ ਇਹਨਾਂ ਫਰਵਰੀ ਦੀ ਤਕਰੀਬਨ 12 14 ਕਰ ਲੈਣੇ ਆ ਔਰ ਅੱਜ ਤੁਸਾਂ April ਚੜੀ ਇਹ ਫਰਵਰੀ ਦਾ ਅੱਧਾ ਮਹੀਨਾ ਚਲੋ ਫਰਵਰੀ ਦਾ ਪੂਰਾ ਮਹੀਨਾ ਗਿਣੋ March ਦਾ ਪੂਰਾ ਮਹੀਨਾ ਗਿਣੋ ਸਟੂਡੈਂਟਸ ਦੋ ਮਹੀਨੇ ਬਣਦੇ ਨੇ ਇਹਨਾਂ ਨੂੰ ਔਰ ਅੱਜ ਇਹਨਾਂ ਦੇ ਕੋਲ ਫੋਲੀਓ ਰੋਜ਼ ਆ ਗਿਆ ਤੇ ਤੁਸੀਂ ਦੇਖਦੇ ਹੋ ਪੇ ਕਿ ਭਾਜੀ ਨੇ ਭਾਜੀ ਕਿਸ ਤਰ੍ਹਾਂ ਮਤਲਬ ਇਤਨੇ ਥੋੜੇ ਟਾਈਮ ਚ ਤੁਸੀਂ ਕਰ ਲਿਆ ਬੱਚੇ ਵੀ ਹੈਲਪ ਕਰਦੇ ਸੀ ਜਾਂ ਤੁਸੀਂ ਆਪੀ ਤਾਂ ਬੱਚਿਆਂ ਨੇ ਮੇਰੀ ਬਹੁਤ ਹੈਲਪ ਕੀਤੀ ਇੱਕ ਤੁਸੀਂ ਪੜਾਉਂਦੇ ਸੀਗੇ ਉਹ ਵੀ ਆਪਣੀ ਭਾਸ਼ਾ ਚ ਤੇ ਫੇ ਬੱਚਿਆਂ ਨੇ ਬਹੁਤ ਜ਼ਿਆਦਾ ਹੈਲਪ ਕੀਤੀ ਮੇਰੀ ਮੇਰੀ ਵਾਈਫ ਨੇ ਵੀ ਬਹੁਤ ਹੈਲਪ ਕੀਤੀ ਉਹਨਾਂ ਕੋਲ ਵੀ ਲਾਇਸੈਂਸ ਹੈ ਪਹਿਲਾਂ ਦਾ ਜਿੱਦਾਂ ਸਾਰੇ ਨੇ ਮੇਰੀ ਕਾਰਚੋਂ ਵੀ ਬਹੁਤ ਹੈਲਪ ਕੀਤੀ ਇਹਨਾਂ ਨੇ ਕੋਈ ਗੱਲ ਨਹੀਂ ਸਮਝ ਸਮਝ ਆਂਦੀ ਸੀ ਇਸ ਬੱਚੇ ਸਮਝਾ ਸਮਝਾ ਦਿੰਦੇ ਸੀ ਤੇ ਇੱਕ ਹੋਰ ਸੀਗਾ ਮੈਨੂੰ ਜਦ ਗੱਡੀ ਚਲਾਉਣ ਦੇ ਨੂੰ ਕਾਫੀ ਟਾਈਮ ਹੋ ਗਿਆ ਸੀ ਮੈਨੂੰ ਤਾਂ ظاہر ਤਾਂ ਤਜਰਬਾ ਸੀ ਕਾਨੂੰਨਾਂ ਦਾ ਪਤਾ ਸੀਗਾ ਉਹਨਾਂ ਬਾਰੇ ਬਹੁਤ ਜ਼ਿਆਦਾ ਪਤਾ ਸੀਗਾ ਜੇ ਜ਼ਿਆਦਾ ਕਰਕੇ ਮੈਨੂੰ ਇਨਸ਼ੋਰਸ ਦੇ ਸਵਾਲਾਂ ਦਾ ਨਹੀਂ ਪਤਾ ਸੀ ਹੁਣ ਵੀ ਨਹੀਂ ਪਤਾ ਸੀ ਉਹ ਮੈਂ ਆਖਿਆ ਜੇ ਕਦ ਨਾ ਨਾ ਵੀ ਕੋਈ ਆ ਕੋਈ ਅੱਛਾ ਅੱਛਾ ਤੇ ਫਾਈਨਲੀ ਗਲਤੀਆਂ ਕਿਨੀਆਂ ਆਈਆਂ ਨੇ ਕੁਝ ਪਤਾ ਲੱਗਿਆ ਤੁਹਾਨੂੰ ਨਹੀਂ ਉਹਦਾ ਨਹੀਂ ਉਹ ਅੱਛਾ ਗਲਤੀਆਂ ਦਾ ਨਹੀਂ ਪਤਾ ਲੱਗ ਗਲਤੀਆਂ ਤਾਂ ਨਹੀਂ ਕਰਕੇ ਨਾ ਹੋ ਗੇ ਗਲਤੀ ਇੱਕ ਇੱਕ ਜਾਂ ਇੱਕ ਹੋਗੀ ਮਿਲ ਸ਼ਾਹਨਾ ਕਿਉਂ 27 ਸਵਾਲ ਤਾਂ ਮੈਂ ਜਿਹੜੇ ਕੀਤੇ ਸੀ ਉਹ ਬਿਲਕੁਲ ਮੈਨੂੰ ਪਤਾ ਸੀਗੇ ਇਹ ਸਹੀ ਹੈ ਪਾਸ ਹੋਣ ਵਾਸਤੇ ਉਹਨੇ ਕੀ ਬੋਲਿਆ ਜਾਂ ਤੁਹਾਨੂੰ ਬਾਅਦ ਚ ਕਾਲ ਮੈਸੇਜ ਆਈ ਨਹੀਂ ਉਹਨਾ ਉਹਦੇ ਹੀ ਦੱਸਤਾ ਸੀ ਦੋ ਜਣੇ ਫੇਲ ਹੋਏ ਤੇ ਬਾਕੀ ਕਹਿੰਦੇ ਸਾਰੇ ਪਾਸ ਪਾਸ ਵਾਸਤੇ ਕੀ ਲਫ਼ਜ਼ ਬੋਲਦੇ ਨੇ ਜੀ ਪਾਸ ਵਾਸਤੇ ਉਹ ਉਹਨਾ ਕੁਝ ਨਹੀਂ ਆਖਿਆ ਤੂੰ 57 ਹੋ ਗਏ ਤੂੰ 27 ਸਟੂਡੈਂਟਸ ਸਾਡੇ ਬੜੇ ਸਾਦੇ ਮਾਸ਼ਾਅੱਲਾ ਜਵਾਨ ਨੇ ਇਹਨਾਂ ਨੂੰ ਕਈ ਵਾਰੀ ਇਹ ਵੀ ਨਹੀਂ ਪਤਾ ਹੁੰਦਾ ਪਾਸ ਹੋਣ ਵਾਸਤੇ ਬੋਲਦੇ ਕੀ ਨੇ ਇਹ ਫਿਰ ਤੇ ਵੇਖਦੇ ਨੇ ਕਿ ਹੁਣ ਪਤਾ ਨਹੀਂ ਉਹ ਆਤੇ ਪਾਸ ਜਾਂ ਕਿਉਂਕਿ ਆਸ ਕੇ ਆਖਿਆ ਸੂ ਬਈ ਪਾਸ ਹੋਣ ਵਾਸਤੇ ਜੀ ਜੀ ਪਾਸ ਹੋਣ ਵਾਸਤੇ ਜਾਂ ਪਸਾਤੋ ਬੋਲਦੇ ਨੇ ਜਾਂ ਪ੍ਰੋਮੋਸਾ ਜਾਂ ਅਗਰ ਲੇਡੀ ਇਹ ਤੇ ਜੈਂਟ ਤੇ ਪ੍ਰੋਮੋਸੋ ਪ੍ਰੋਮੋਸੋ ਆ ਪ੍ਰੋਮੋਸੋ ਵੀ ਆਖਦੇ ਹਾਂ ਹਾਂ ਪ੍ਰੋਮੋਸੋ ਇਦੋਨੇਓ ਪਸਾਤੋ ਤੇ ਨਹੀਂ ਲਫ਼ਜ਼ ਬੋਲਦੇ ਨੇ ਤੇ ਅਗੂ ਤੁਸੀਂ ਫੇਰ ਸਮਝ ਜਾਂਦੇ ਹੋ ਅ ਔਰ ਦੂਸਰਾ ਵੈਸੇ ਇੱਕ ਨਕਲ ਵੀ ਲਈ ਜਾ ਸਕਦੀ ਏ ਜਿਸੇ ਕੰਪਿਊਟਰ ਤੇ ਬੈਠਿਆ ਹੁੰਦਾ ਨਾ ਆਪਰੇਟਰ ਉਹਦੇ ਸਾਹਮਣੇ ਨਾ ਹੁੰਦੇ ਨੇ ਉੱਥੇ ਵੀ ਥੋੜਾ ਦੇਖ ਸਕਦੇ ਹੋ ਅ ਐਰਰ ਹੋਰੀ ਲਿਖਿਆ ਹੁੰਦਾ ਮੇਰੇ ਹਾਲੇ ਫੇਲ ਹੋਣ ਵਾਲਿਆਂ ਦੇ ਸਾਹਮਣੇ ਤੇ ਇਸ ਜਾਂ ਕਈ ਵਾਰ ਸਾਰੀ ਲਿਸਟ ਦੇ ਸਾਹਮਣੇ ਐਰਰ ਹੋਰੀ ਲਿਖਿਆ ਹੁੰਦਾ ਉੱਥੇ ਵੀ ਤੁਸੀਂ ਦੇਖ ਸਕਦੇ ਹੋ ਤੁਹਾਡਾ ਨਾਮ ਕੀ ਹੈ ਦੁਬਾਰਾ ਵੀ ਪੁੱਛ ਸਕਦੇ ਹੋ ਸ਼ਾਕੋਵੇ ਡਰਨਾ ਨਹੀਂ ਹੈ ਕਿ ਇਸ ਵਜ੍ਹਾ ਤੋਂ ਨਹੀਂ ਉਹ ਕਾਰਵਾਈ ਪੁੱਛਦੇ ਕਿ ਮਤੇ ਹਣ ਫੇਲ ਦਾ ਅਕਸ਼ਰੇ ਨੇ ਮੈਂ ਵੀ ਜਦੋਂ ਉੱਤਰੋਂ ਬਾਸ ਆਇਆ ਮੈਨੂੰ ਪਤਾ ਸੀ ਮੈਂ 27 ਠੀਕ ਕੀਤੇ ਐ ਹਾਂਜੀ ਵੀ ਜਿਹੜੇ ਬਾਅਦ ਚ ਦੋ ਹੋ ਸਕਦਾ ਗਲਤ ਪਰ ਫਿਰ ਵੀ ਥੋੜਾシਗਾ ਮੈਂ ਸ਼ਾਇਦ ਹੋ ਜਾਊਗਾ ਪਰ ਮੈਂ ਮੇਰੇ ਕੋਲ ਡਰ ਸੀਗਾ ਮੈਂ ਮੈਂ ਆਪਣੀ ਵਾਈਫ ਨੂੰ ਕਿਤੇ ਮੈਂ ਤਾਂ ਤੂੰ ਲੱਗ ਜਾ ਮੈਂ ਨਹੀਂ ਸੌਣ ਨਾ ਕਿਹਾ ਅੱਛਾ ਜੀ ਸਰ ਜੀ ਸੌਰੀ ਭਾਈ ਇਹਨਾਂ ਦੀ ਗੱਲ ਟੋਕਨ ਹੋ ਗਈ ਸਰ ਉਹਨਾਂ ਨੇ 30 ਸਵਾਲਾਂ ਲੱਕੜਾ ਸਕੇਦਾ ਕੀਤਾ ਹਾਂ ਇਹ ਯਾਸਰ ਭਾਈ ਵਾਰਿਸ ਭਾਈ ਇਹ ਹੁੰਦਾ ਹੈ ਰਿਵੀਜ਼ਨ ਵਾਲਿਆਂ ਵਾਸਤੇ आ, मतलब कि अगर पूंतियां 0 हो जान लाइसेंस छू ते फिर दोबारा ਤੁਹਾਨੂੰ ਨਵਾਂ ਸਿਰਫ ਥਿਊਰੀ ਕਰਨੀ ਪੈਂਦੀ ਹੈ ਤੇ ਉਹ ਥਿਊਰੀ ਦਾ ਟੈਸਟ 30 ਸਵਾਲਾਂ ਵਾਲਾ ਹੁੰਦਾ ਉਹਦੇ ਵਿੱਚ ਗਲਤੀਆਂ ਦੀ ਜਾਜ਼ ਤੇ ਯਾਨੀ 10 ਸਵਾਲਾਂ ਦਾ حساب ਹੈ ਨਾ ਜੀ ਹੁਣ ਚੀਕੂ ਚੀਜ਼ ਦਾ 70 ਸਵਾਲਾਂ ਵਾਲਾ ਸਕੀਦਾ ਹੈ ਉਹਦੇ ਵਿੱਚ ਫਿਰ ਕਿੰਨੀਆਂ ਗਲਤੀਆਂ ਇਜਾਜ਼ਤ ਹੋਏਗੀ ਜੀ 7 ਜੀ 7 40 ਵਾਲੇ ਨੂੰ 4 ਤੇ ਉਹ ਐਸ ਗਲਤੀਆਂ ਦਾ ਪਤਾ ਲੱਗ ਗਿਆ ਹਾਂ ਹਾਂ ਇਸ ਸਾਹ ਦੀ ਚਾਂਸ ਵੀ ਇੱਕ ਹੀ ਹੈ ਸਮੱਸਿਆ ਕੋਈ ਹੁੰਦਾ ਹੈ ਹਾਂ ਜੇ ਤੋ ਸਾਥਲੀਆ ਨਹੀਂ ਕੀਤਾ ਫੇ ਤੁਹਾਡਾ ਲਾਇਸੈਂਸ ਰੱਦ ਹੋ ਜਾਊਗਾ ਓਏ ਇੱਥੇ ਬੜਾ ਫਿਰ ਬੜਾ ਵਿਕਰਾ ਸਵਾਲ ਕੇ ਖੇਡਣ ਵਾਲਾ ਮੈਚ ਓਏ ਹੋਏ ਹੋ ਬੜੀ ਟੈਨਸ਼ਨ ਵਾਲਾ ਕੰਮ ਹੈ ਲੇਕਿਨ ਫਿਰ ਵੀ ਇਹਨਾਂ ਦੀ ਜੁਰਤ ਵੇਖੋ ਨਾਜ਼ਰੀਨ ਇਹਨਾਂ ਕੋ ਆਖਰੀ ਚਾਂਸ ਸੀ ਉਸ ਤੋਂ ਬਾਅਦ ਲਾਇਸੈਂਸ ਬਿਲਕੁਲ ਖਤਮ ਹੋ ਜਾਣਾ ਸੀ ਇਹਨਾਂ ਨਵੇਂ ਸਿਰੂ ਨਵੀਆਂ ਗੱਲਾਂ ਬਾਤਾਂ ਲੇਕਿਨ ਉਸ ਦੇ ਬਾਵਜੂਦ ਇਹਨਾਂ 2 ਮਹੀਨੇ ਤਿਆਰੀ ਕੀਤੀ ਔਰ ਗਏ ਨੇ ਸੜਕ ਕੋਈ ਦੂਸਰਾ ਦੋਸਤ ਹੁੰਦਾ ਜ਼ਰਾ ਕਮਜ਼ੋਰ ਦਿਲ ਵਾਲਾ ਤੇ ਕਹਿੰਦਾ ਨਹੀਂ ਅਜੇ 2 ਮਹੀਨੇ ਹੋਰ ਲਾ ਲਓ ਮਹੀਨਾ ਹੋਰ ਲਾ ਲਓ ਜ਼ੀਰੋ ਕਰਕੇ ਜਾਵਾਂਗੇ ਭਾਜੀ ਤੁਹਾਡੀਆਂ ਲਾਸਟ ਟਾਈਮ ਕਿੰਨੀਆਂ ਹੋ ਰਹੀਆਂ ਸੱਚ ਜਦੋਂ ਗਏ ਹੋ ਤੁਸੀਂ ਮੈਂ 3 ਦੇ ਇੱਕ ਅੱਧਾ ਸੀਗਾ ਮੇਰੀ ਜ਼ੈਰੋ ਇੱਕ ਇਹ ਗਲਤੀ ਹੁੰਦੀ ਸੀ ਜ਼ੀਰੋ ਇੱਕ ਗਲਤੀ ਇਹ ਵੀ ਪਤਾ ਲੱਗਦਾ ਜਿਹੜੇ ਗੇਮਾਂ ਵਾਲੇ ਸਾਹਿਬ ਉਹਨਾਂ ਦੇਖੋ ਅੱਲਾ ਨਾ ਕਰੇ ਕਿਰੇ ਪੂੰਤੀਆਂ ਖਤਮ ਹੋ ਗਈਆਂ ਫਿਰ ਕੀ ਬਣੇਗਾ ਹਾਂਜੀ ਇੱਕ ਗੱਲ ਰੱਖਣਾ ਚਾਹੁੰਦਾ ਜੀ ਜ਼ਰੂਰ ప్రతి ਇੱਕ ਟਾਲੀਅਨ ਸਿਗਾ ਉਹਦੀ ਉਮਰ 60 ਸਾਲ ਦੇ ਲਗ ਹੁੰਦੀ ਉਹ ਮੇਰੇ ਨਾਲ ਦੀ ਬੀ ਜੋਨੇ ਲੱਗ ਗਿਆ ਸੀ ਉਹ ਫੇਲ ਹੋ ਗਿਆ ਉਸ ਦਾ ਦਿੱਤਾ ਹੈ ਨਾ ਲਾਇਸੈਂਸ ਰੱਦ ਹੋ ਗਿਆ ਕੈਨਸਲ ਹੋ ਗਿਆ ਪਰ ਉਹ ਕੈਨਸਲ ਹੋ ਗਿਆ ਬਹੁਤ ਦੋਖ ਖਿਆ ਬਿਲਕੁਲ ਬਿਲਕੁਲ ਸਰ ਜੀ ਇਹ ਫਿਰ ਬਾਅਦ ਵਿੱਚ ਮਿਲਦਾ ਨਹੀਂ ਕਰ ਨਹੀਂ ਸਕਦਾ ਇਹ ਬੰਦਾ ਦੁਬਾਰਾ ਥਿਊਰੀ ਸਾਰਾ ਕੁਝ ਦੁਬਾਰਾ ਕਰਨਾ ਪਊਗਾ ਫਿਰ ਨਵੇਂ ਸਿਰੋਂ ਤੋਂ ਸਰ ਜੀ ਜਿਸ ਨਾਲ ਇਹ ਲਾਇਸੈਂਸ ਤੁਹਾਨੂੰ ਉਹ ਘਰ ਭੇਜ ਦੇਣਗੇ ਤੁਸੀਂ ਗਵਿੱਦੇ ਨਹੀਂ ਕਰਨੇ ਐਦਾ ਇਹ ਫਾਇਦਾ ਹੋ ਗਿਆ ਹੈ ਨਾ ਏ ਨਹੀਂ ਇਹਦਾ ਕਵੀ ਦੇ ਵੀ ਕਰਨੇ ਪੋਗੇ ਕਵੀ ਦੇ ਦਾ ਟੈਸਟ ਦੇਣਾ ਪੋਗਾ ਜੀ ਠੀਕ ਹੈ ਫਿਰ ਨਵੇਂ ਸਿਰੂ ਹੀ ਹੋ ਗਿਆ ਨਾ ਸਾਰਾ ਸਾਰਾ ਨਵੇਂ ਸਿਰੂ ਹੋ ਗਿਆ ਇੱਥੇ ਇੰਨਾ ਵੀ ਤੁਹਾਡੇ ਕੋਲ ਲਾਇਸੈਂਸ ਦੀ ਬੈਲ ਦੀ ਜਿੱਦਾਂ ਉਹ ਪੁਰਾਣਾ ਰਹਿ ਜਾਣਾ ਹਾਂ ਹਾਂ ਲਾਇਸੈਂਸ ਤੁਹਾਡਾ ਪੁਰਾਣਾ ਹੀ ਰਹਿ ਜਾਣਾ ਰਹਿ ਗਿਆ ਨਾ ਰਿਵਿਜ਼ਿਓਨ ਹੈ ਜਿਸ ਉਹਨਾਂ ਲਈ ਖਸੜੀ ਜੀ ਜੀ ਇਹ ਹੈਗਾ ਸਾਰਾ ਕੁਝ ਨਵੇਂ ਆ ਗੂ ਆ ਇੱਥੇ ਇੱਕ 30 ਸਵਾਲ ਹੈ ਇੱਕ ਤੁਹਾਡੇ ਕੋਲ ਲਾਇਸੈਂਸ ਪੁਰਾਣਾ ਰਹਿ ਜਾਣਾ ਆਪਣੇ ਗਾਹ ਬੱਚੇ ਨੂੰ ਸਖਾਲਣੀ ਜੇ ਦਦਾ ਸਾਲ ਪੁਰਾਣਾ ਲਾਇਸੈਂਸ ਤੁਸੀਂ ਉਹਨਾਂ ਦੀ ਹੈਲਪ ਕਰ ਸਕਦੇ ਆ ਤੇ ਕੋਈ ਵੱਡੀ ਗੱਡੀ ਚਲਾਉਂਦਾ ਇਹ ਬਹੁਤ ਚੱਕਰ ਹਾਂ ਯਾਨੀ ਉਹ ਜਿਹੜੀ ਤੁਹਾਡੀ ਵੈਲਿਡ ਡੇਟ ਇਸਟਾਰਟ ਵਾਲੀ ਉਹ ਬਾਕੀ ਰਹਗੀ ਇਹਦੇ ਵਿੱਚ ਉਹ ਬਾਕੀ ਰਹੇਗੀ ਉਹ ਪੂੰਤੀਆਂ ਮੈਨੂੰ ਦੇ ਦੇਣਗੇ ਹੁਣ ਲਾਇਸੈਂਸ ਮੇਰੇ ਕੋਲ ਹੈ ਮੈਂ ਗੱਡੀ ਨਹੀਂ ਚਲਾ ਸਕਦਾ ਠੀਕ ਹੈ ਜੀ ਲਾਇਸੈਂਸ ਨਹੀਂ ਹੁਣ ਲਿਆ ਲਾਇਸੈਂਸ ਮੇਰੇ ਕੋਲ ਹੀ ਹੈ ਉਹ ਤੁਹਾਡੇ ਕੋਲ ਹੀ ਹੈ ਹੁਣ ਤੁਸੀਂ ਗੁਵਿੱਦੇ ਕਰਨੇ ਨੇ ਹੈਨਾ ਜੀ 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 ਠੀਕ ਹੈ ਗੁਵਿੱਦੇ ਤੁਹਾਡੇ ਵਾਸਤੇ ਕੀ ਕੰਮ ਹੈ ਹੁਣ ਫੋਨ ਕੇ ਗੁਵਿੱਦੇ ਮਨਵਾਉਣੇ ਨੇ ਬਸ ਅੱਛਾ ਜੀ ਅੱਛਾ ਅਸੀਂ ਅਸਾਈਡੇ ਦੋ ਦੋਸਤ ਪਾਸ ਹੋਏ ਨੇ ਨਾਜ਼ਰੀਨ ਆਜ ਊਂਕਾਰ ਸਿੰਘ ਸਾਹਿਬ ਮੰਤੋਵਾ ਤੋਂ ਔਰ ਯਾਸਰ ਇਕਬਾਲ ਸਾਹਿਬ ਫੁਜਾਤੋਂ ਪਾਕਿਸਤਾਨ ਗੁਜਰਾਤ ਇੱਕ ਚੰਡਾ ਲੱਗਿਆ ਜੀ ਇੱਕ ਇੰਡੀਆ ਹੁਸ਼ਿਆਰਪੁਰ ਚ ਤੇ ਬੜੀ ਖੁਸ਼ੀ ਹੋਈ ਏ ਮਾਸ਼ਾਅੱਲਾ ਇੱਕ ਦਿਨ ਚ ਦੋ ਸਾਹਿਬ ਪਾਸ ਹੋਏ ਨੇ ਇਹਨਾਂ ਦੀ ਅਗਰ ਤੋਂ ਕਿਹੜਾ ਪਿੰਡ ਚ ਦੱਸ ਦੋ ਸ਼ਹਿਰਪੁਰ ਚੋ ਲੱਗੇ ਕਲੋ ਨਸਰਾਲਾ ਚੌਕ ਅਸ਼ਾ ਨਸਰਾਲੇ ਚੌਕ ਚ ਖਾਸ ਜਰਬਰ ਜੀ 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 ਤਹੀਰ 15 ਕਿਲੋਮੀਟਰ ਦੂਰ ਹੈ ਸਾਡੇ ਕੋਲੋਂ ਬੱਲਵਾਲ ਅਸਲਾਮੁਅਲੈਕਮ ਸਰ ਜੀ ਵਾਲੇਕੁਮੁਸ ਸਲਾਮ ਅਜੀ ਸਰ ਜੀ ਤੇ ਬਾਈਰ ਜੀ ਦਾ ਬਰਫਾਸਤ ਹੋ ਸ਼ੁਕਰੀਆ ਜੀ ਬਹੁਤ ਸ਼ੁਕਰੀਆ ਥੈਂਕ ਯੂ ਵੈਰੀ ਮਚ ਤੇ ਬੰਦ ਇਸ ਕਾਸ਼ੀ ਕੋਸ਼ਿਸ਼ ਇਹ ਰੰਗ ਲਿਆ ਰਹੀ ਹੈ ਫਿਰ ਉਸਾਤ ਗਏ ਅੱਲ ਕਾ ਨਚੋਨਾ ਚਲਾ ਚਾਬਾ ਸਟੈਪ ਸਾਰੇ ਦੋਸਤ ਭਾਈ ਬੈਣਾ ਜਿਹੜੇ ਪਾਸ ਹੁੰਦੇ ਇਨਸ਼ਾ ਅੱਲਾ ਅਮੀਨ ਅਮੀਨ ਇਨਸ਼ਾ ਅੱਲਾ ਦੀ ਅਮੀਨ ਅੱਲਾ ਬਖਾਰ ਸਿੰਘ ਸਾਹਿਬ ਕੁਝ ਕਹਿਣਾ ਚਾ ਰਹੇ ਸੀ ਜੀ ਜਿਸ ਸਾਹਿਬ ਨੇ ਮੇਰਾ 3 ਦਿਨ ਪਤਨ ਤੇ ਦਰਨੇ ਕਰਾਇਆ ਇਹਦੇ ਬਾਰੇ ਬਹੁਤ ਘੱਟ ਪਤਾ ਹੈਗਾ ਉਹ ਜਿੱਦਾਂ ਬਹੁਤ ਜ਼ਿਆਦਾ ਕਨਫਿਊਜ਼ ਕਰ ਦਿੰਦੇ ਇੱਥੇ ਪਹਿਲਾਂ ਮੈਂ ਵਕੀਰ ਕੋਲ ਵੀ ਗਿਆ ਕੋ ਸੋਚਵੇ ਉਹ ਵੀ ਪੈਸੇ ਖਰਾਬ ਕੀਤੇ ਕੁਝ ਨਹੀਂ ਹੋਇਆ ਇਹਦੇ ਬਾਰੇ ਸਕੂਲ ਚ ਵੀ ਗਿਆ ਉਹਨਾਂ ਨੂੰ ਵੀ ਕੁਝ ਨਹੀਂ ਪਤਾ ਸੀਗਾ ਕਿਆ ਕਰਨਾ ਕੁਝ ਨਹੀਂ ਠੀਕ ਹੈ ਜੀ ਉਹ ਤੋਂ ਬਾਅਦ ਫਿਰ ਤੁਹਾਡੇ ਨਾਲ رابطہ ਕੀਤਾ ਤਾਂ ਫੇ ਮੈਨੂੰ ਦੁਬਾਰਾ ਕਰਨਾ ਪਿਆ ਇਥੋਂ ਇਹਨਾਂ ਕੁਝ ਨਹੀਂ ਦੱਸਿਆ ਉੱਚ ਨਹੀਂ ਕਰ ਸਕਦੇ ਜੇ ਤਾਂ ਪਹੁੰਚੀਆਂ ਜ਼ੀਰੋ ਹੋਣੀਆਂ ਕੁਝ ਨਹੀਂ ਹੋ ਸਕਦਾ ਉਹ ਰੀਵੀਜੀਨ ਕਰਾਉਣਾ ਹੀ ਪੈਂਦਾ ਠੀਕ ਹੈ ਜੀ ਉਹ ਟੈਸਟ ਉਹਦੇ ਵਿੱਚ ਹੋਰ ਚੀਜ਼ ਹੈਗੀ ਆ ਜੇ ਕਿਸੇ ਦੇ ਨੌਲੇਜ ਲਈ ਉਹ ਜਿਹੜੀ ਪਹਿਲਾ ਲੈਟਰ ਭੇਜਦੇ ਆ ਉੱਤੋਂ ਪਹੁੰਚਾ ਉੱਤੇ ਉਹ ਪਹੁੰਚਾ ਮੈਂ ਤੋਂ ਜਾ ਕੇ ਲੈਣੀ ਪੈਂਦੀ ਹੈ ਉਹ ਦਤਾਈ ਤੁਸੀਂ ਗੱਡੀ ਚਲਾ ਸਕਦੇ ਆ ਉਹ ਪਹੁੰਚਾ ਮੈਂ ਤੋਂ ਜੋ ਜੇ ਤੁਸੀਂ ਉਹ ਪਹਿਲੀ ਪੰਟ ਆਪਣੇ ਥਿਉਰੀ ਚੋਂ ਪਾਸ ਹੋ ਗਏ ਪਹਿਲੀ ਵਾਰ ਫਿਰ ਤੁਸੀਂ ਗੱਡੀ ਚਲਾ ਸਕਦੇ ਹੋ ਤੁਹਾਨੂੰ ਗੱਡੀ ਚ ਚਲਾਉਣ ਤੋਂ ਕੋਈ پابੰਦੀ ਨਹੀਂ ਹੋ ਠੀਕ ਹੈ ਲੇਕਿਨ ਜੇ ਗਵੀਦੇ ਟੈਸਟ ਬਿਸ਼ੱਕ ਬਾਅਦ ਚ ਕਰੋ ਉਹ ਬਾਅਦ ਚ ਕਰੋ ਉਹਨਾਂ ਟਾਈਮ ਗੱਡੀ ਚਲਾ ਸਕਦੇ ਜੇ ਤੁਸੀਂ ਪਹਿਲੀ ਵਾਰ ਨਹੀਂ ਗਏ ਫਿਰ ਤੁਹਾਡਾ ਲਾਇਸੈਂਸ ਸਸਪੈਂਸ਼ਨ ਹੀ ਕਰ ਦਿੰਦੇ ਆ ਫਿਰ ਤੁਸੀਂ ਬਾਕੀ ਇਹ 1 ਸਾਲ ਦੇ ਵਿੱਚ ਵਿੱਚ ਕਰ ਸਕਦੇ ਹੋ ਦੇ ਜੋਖਮ ਅੱਛਾ ਹਾਂਜੀ ਮੈਨੂੰ ਹੁਣ ਪਹਿਲੀ ਵਾਰ ਮੇਰੇ ਕੋ ਟਾਈਮ ਥੋੜਾ ਸੀ ਮੈਨੂੰ ਨਹੀਂ ਪਤਾ ਸੀ ਮੈਂ ਨਹੀਂ ਗਿਆ ਸੀ ਫਿਰ ਮੇਰਾ ਲਾਇਸੈਂਸ ਸਸਪੈਂਸ਼ਨ ਹੀ ਹੋ ਗਿਆ ਸੀ ਲਾਈਸੈਂਸ ਮੇਰੇ ਕੋਲ ਹੀ ਆਟੋਮੈਟਿਕ ਸਸਪੈਂਸ਼ਨ ਹੋਏ ਕਰ ਦਿੰਦੇ ਆ ਤੇ ਹੁਣ ਮੈਂ ਦੁਬਾਰਾ ਉਹਨਾਂ ਤੋਂ ਅਪਾਇੰਟਮੈਂਟ ਲੈ ਕੇ ਟੈਸਟ ਕਰੀ ਅਪਾਇੰਟਮੈਂਟ ਤੁਸੀਂ ਡਾਇਰੈਕਟ ਮੋਟਰੀਜ਼ਾ ਸਿਓਨੇ ਤੋਂ ਲਈ ਹੈ ਜੀ ਜੀ ਡਾਇਰੈਕਟ ਲਈ ਜੀ ਠੀਕ ਹੈ ਜੀ ਵੈਸੇ ਆਟੋ ਸਕੂਲ ਦੇ ਥਰੂ ਵੀ ਮਿਲ ਸਕਦੀ ਸੀ ਜਾਂ ਉਹ ਕੀ ਕਹਿੰਦੇ ਜੀ ਜੀ ਆਟੋ ਆਟ ਸਕੂਲ ਥਰੂ ਜਿੱਦਾਂ ਉਹ ਟਾਈਮ ਵੀ ਜ਼ਿਆਦਾ ਦਵਾ ਦਿੰਦੇ ਆ ਪਰ ਮੈਂ ਆਟੋ ਸਕੂਲ ਵਾਲੇ ਕੋ ਗਿਆ ਉਹਨੂੰ ਕੁਝ ਪਤਾ ਇਹਨਾਂ ਨਈ ਨੋਲਿਜ ਸੀ ਕਿ ਤਾ ਉਹਨੇ ਉਹ ਨਹੀਂ ਨਾ ਪਤਾ ਲੱਗਾ ਠੀਕ ਹੈ ਜੀ ਅੱਛਾ ਪਾ ਜੀ ਮੈਂ ਤੁਹਾਡੀ ਗੱਲ ਨੂੰ ਰਿਪੀਟ ਕਰਾਂਗਾ ਅੱਛਾ ਇਹ ਚਲੋ ਕਿਸੇ ਦੇ ਨੌਲੇਜ ਵਾਸਤੇ ਇਨਫੋਰਮੇਸ਼ਨ ਜੀ 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 ਤੁਹਾਡੇ ਇੰਟਰਵਿਊ ਵਿੱਚ ਕਿ ਤੁਹਾਨੂੰ ਇੱਕ ਵਾਰੀ ਲੈਟਰ ਆਇਆ ਤੇ ਤੁਸੀਂ ਤੁਹਾਨੂੰ ਨਹੀਂ ਪਤਾ ਲੱਗਾ ਕਿ ਮੇਰੀਆਂ ਪੂੰਤੀਆਂ 0 ਹੋ ਗਈਆਂ ਨੇ ਫਿਰ ਉਹਨਾਂ ਸਸਪੈਂਸ਼ਨ ਨੇ ਕੀਤਾ ਨਹੀਂ ਉਹਨਾਂ ਮੈਨੂੰ ਲੈਟਰ ਭੇਜਿਆ ਵੀ ਤੁਹਾਡੀਆਂ ਪੂੰਤੀਆਂ 0 ਆ ਤੁਸੀਂ ਲਾਇਸੈਂਸ ਆਪਣਾ ਟੈਸਟ ਦਿਓ ਅਰੀ ਬਿਜੋ ਨੇ ਅਰੀ ਬਿਜੋ ਨੇ ਉਹ ਟਾਈਮ ਦੇ 1.5 ਮਹੀਨੇ ਦਾ ਜਿੰਨਾ ਵੀ ਹੁੰਦਾ ਤੇ ਉਹਦੇ ਵਿੱਚ ਜਾ ਕੇ ਉਹਨਾਂ ਤੋਂ ਉਹ ਅਪਾਇੰਟਮੈਂਟ ਲੈਣੀ ਪੈਂਦੀ ਹੈ ਅਪਾਇੰਟਮੈਂਟ ਲੈਣੀ ਪੈਂਦੀ ਹੈ ਤੁਹਾਨੂੰ ਉਹਨਾਂ ਨੇ ਕਿੰਨਾ ਟਾਈਮ ਦਿੱਤਾ ਸਸਪੈਂਸ ਜਦੋਂ ਲੈਟਰ ਭੇਜਿਆ ਪੁੰਤੀਆਂ 0 ਵਾਲਾ ਜਦੋਂ ਉਹਨਾਂ ਨੇ ਮੈਨੂੰ ਲੈਟਰ ਭੇਜਿਆ ਉਦੋਂ 1 ਮਹੀਨੇ ਦਾ ਟਾਈਮ ਸੀ ਉਹਦੇ ਵਿੱਚ ਅਪਾਇੰਟਮੈਂਟ ਲੈਣੀ ਸੀ ਉਹਨਾਂ ਤੋਂ ਠੀਕ ਹੈ ਜੀ ਉਹਦੇ ਵਿੱਚ ਮੈਂ ਵਕੀਲਾ ਤੁਸੀਂ ਬਾਈ ਦਾਵੇ ਮਿਸ ਕਰ ਜਾਂਦੇ ਉਸ ਮਹੀਨੇ ਚ ਨਾ ਜਾਂਦੇ ਫਿਰ ਕੀ ਹੋਣਾ ਸੀ ਫਿਰ ਉਹਨਾਂ ਨੇ ਲਾਇਸੈਂਸ ਮੇਰਾ ਸਸਪੈਂਸ਼ਨੇ ਕਾਲਣਾ ਸੀ ਜਾਰੀ ਬੁੱਕ ਕਰ ਦੇਣਾ ਸੀ ਅੱਛਾ ਸਸਪੈਂਸ਼ਨ ਨੇ ਕਰ ਦਿੱਤ ਫਿਰ 1 ਸਾਲ ਹੋਣਾ ਸੀ ਕਿ 1 ਸਾਲ ਦੇ ਵਿੱਚ ਕਿਤੇ ਵੀ ਕਰ ਜੀ ਠੀਕ ਹੈ ਜੀ ਅੱਛਾ ਜੀ ਬਹੁਤ ਸ਼ੁਕਰੀਆ ਜੀ ਉਹ ਨਾ ਨਾ ਫਿਰ ਉਹ ਨਹੀਂ ਵੀ ਰਿਵੋਕਾ ਕਰਨਾ ਸੀ ਅਗਰ 1 ਮਹੀਨੇ ਚ ਨਾ ਜਾਂਦੇ ਫਿਰ ਰਿਵੋਕਾ ਹੋ ਜਾਣਾ ਸੀ ਉਹ ਵੀ ਰਿਵੋਕਾ ਕਰ ਦੇਣਾ ਸੀ ਲੇਕਿਨ ਤੁਸੀਂ ਸਸਪੈਂਸ਼ਨ ਨੇ ਵੀ ਕਹਿ ਰਹੇ ਹੋ ਨਾ ਨਹੀਂ ਉਹ ਤਾਂ ਫਿਰ ਮੈਂ 1 ਮਹੀਨੇ ਚ ਐਂਟਰੀ ਕਰਾ ਛੱਡੀ ਉਹਨਾਂ ਕੋਲ ਹੈ ਨਾ ਹੂੰ ਉਹਨਾਂ ਨੇ ਪੇਪਰ ਦੇ ਛੱਡੇ ਵੀ ਮੈਂ ਉਹ ਟੈਸਟ ਦਊਂਗਾ ਹੂੰ ਪਰ ਮੈਂ ਉਦੋਂ ਤਿਆਰੀ ਨਹੀਂ ਸੀ ਕਿ ਮੈਂ ਟੈਸਟ ਦੇਣ ਨਹੀਂ ਗਿਆ ਫੇਸ ਸਸਪੈਂਸ਼ਨ ਹੋਇਆ ਹੂੰ ਅੱਛਾ ਠੀਕ ਹੈ ਨਹੀਂ ਥੋੜਾ ਦੇਖੋ ਨਾ ਇਥੂ ਹੋ ਗਿਆ ਨਾ ਮਿਸਟੇਕ ਇੱਕ ਜਾਂ ਮਨੁਸ਼ਾ ਇਸ ਸਮੇਂ ਨਹੀਂ ਲੱਗੀ ਕਿ ਉਹਨਾਂ ਜੇ ਤੁਹਾਨੂੰ ਲੈਟਰ ਭੇਜਿਆ ਇਹ ਤੁਹਾਡੇ ਕੋਲ ਇੱਕ ਮਹੀਨਾ ਹੈ ਉਸ ਲੈਟਰ ਦੇ ਵਿੱਚ ਟਾਈਮ ਲਿਖਿਆ ਸੀ ਕਿ ਇੱਕ ਇੱਕ ਮਹੀਨੇ ਇੱਕ ਮਹੀਨੇ ਦੇ ਵਿੱਚ ਵਿੱਚ ਤੁਸੀਂ ਆ ਜਾਓ ਜੀ ਜ਼ਾਹਿਰ ਤੁਹਾਡੀ ਤਿਆਰੀ ਨਹੀਂ ਸੀ ਹੈ ਤੁਸੀਂ ਨਹੀਂ ਗਏ ਨਹੀਂ ਇੱਕ ਮਹੀਨੇ ਵਿੱਚ ਉਹਨਾਂ ਸੱਦਿਆ ਸੀ ਪੇਪਰ ਜਮਾ ਦੇਣੇ ਸੀ ਉਹ ਨਹੀਂ ਪਹੁੰਚਾ ਮੈਂ ਤਾਂ ਦਿਨ ਹੀ ਸੀ ਟੈਸਟ ਬਾਅਦ ਠੀਕ ਹੈ ਤੁਸੀਂ 1 ਮਹੀਨੇ ਦੇ ਵਿੱਚ ਵਿੱਚ ਨਹੀਂ ਗਏ ਨਹੀਂ 1 ਮਹੀਨੇ ਵਿੱਚ ਮੈਂ ਉਹਨਾਂ ਕੋਲ ਪੇਪਰ ਦੇਣ ਗਿਆ ਟੈਸਟ ਤੇ ਨਹੀਂ ਗਿਆ ਹਾਂ ਲੇਕਿਨ ਫਾਈਲ ਜਮਾ ਕਰਾ ਦਿੱਤੀ ਉਹਨੇ ਟੈਸਟ ਮਨੂੰ ਜਦ ਅਸ ਦਿਨ ਬਾਅਦ ਸੱਦ ਲਿਆ ਸੀਗਾ ਤਿੰਨ ਅਚੀਤੀ ਠੀਕ ਹੈ ਲੇਕਿਨ ਸਸਪੈਂਸਿਓਨੇ ਫਿਰ ਅਗਰ 1 ਮਹੀਨੇ ਚ ਨਹੀਂ ਗਿਆ ਸਟੂਡੈਂਟ ਤੇ ਜਾਂ ਨਹੀਂ ਉਹਨੇ ਕੋਈ ਰਿਪਲਾਈ ਕੀਤਾ ਨਹੀਂ ਫਾਈਲ ਜਮਾ ਕਰਾਈ ਫਿਰ ਉਹਦੇ ਲਾਇਸੈਂਸ ਨੂੰ ਆਟੋਮੈਟਿਕਲੀ ਸਸਪੈਂਸਿਓਨੇ ਹੋ ਜਾਂਦਾ ਹੈ ਫਿਰ ਸਸਪੈਂਸ਼ਨ ਹੋ ਜਾਏਗਾ ਗੱਡੀ ਨਹੀਂ ਚਲਾ ਸਕਦਾ ਉਹ ਜੇ ਚਲਾਊਗਾ ਫੜਿਆ ਜਾਊਗਾ ਗੱਡੀ ਚਾਫਤ ਕੱਲੂਗੇ ਜੁਰਮਾਨਾ ਕਰੋਗੇ ਲੇਕਿਨ ਰਿਵੋਕੇਸੀ ਨੂੰ ਨਹੀਂ ਕਹਿ ਸਕਦੇ ਫਿਰ ਨਹੀਂ ਸਸਪੈਂਸ਼ਨ ਆਹ ਫਿਰ ਇੱਕ ਸਾਲ ਵਾਸਤੇ ਸਸਪੈਂਸ਼ਨ ਹੋ ਜਾਏਗਾ ਠੀਕ ਹੋ ਗਿਆ ਜੀ ਪਤੀ ਹੈਲੋ ਤੁਹਾਡੀ ਗੱਲ ਕੱਟੀ ਹੈ ਜੇ ਅਸਾਂ ਉਹਨਾਂ ਕੋਲ ਪੇਪਰ ਪੇਪਰਾਂ ਦੀ ਐਂਟਰੀ ਨਹੀਂ ਕਰਾਉਂਦੇ ਉਹ ਉਹ ਫਿਰ ਦੀ ਬੋਕਾ ਵੀ ਕਰ ਸਕਦੇ ਹਾਂ ਪਰ ਲੇਕਿਨ ਇੱਕ ਸਾਲ ਟਾਈਮ ਹੈ ਨਾ ਜੇ ਜੀ ਨਹੀਂ ਜਾਂਦੇ ਫੇਕ ਕਰ ਸਕਦੇ ਹਨ ਇੱਕ ਮਹੀਨੇ ਦੇ ਵਿੱਚ ਉਹਨਾਂ ਕੋਲ ਐਂਟਰੀ ਜਰੂਰ ਕਰਾਣੀ ਪੈਣੀ ਹੈ ਪੀਪਰ ਉਹਨਾਂ ਨੂੰ ਦੱਸਣਾ ਪੀਪਰ ਦੇਣੇ ਪੈਣੇ ਉਹ ਤੋਂ ਬਾਅਦ ਲਾਇਸੈਂਸ ਸਸਪੈਂਸ਼ਨ ਹੋ ਜਾਣਾ ਕਿ ਇੱਕ ਸਾਲ ਚ ਕਰ ਸਕਦੇ ਹਾਂ ਹਾਂ ਗੁੱਡ 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 ਮੈਨੂੰ ਬਿਲਕੁਲ ਸਮਝ ਆ ਗਿਆ ਇਹ ਮੈਨੂੰ ਵੀ ਪਹਿਲਾਂ ਕੋਈ ਸਮਝ ਨਹੀਂ ਲੱਗਦਾ ਸੀ ਇਹ ਬੜਾ ਬੜਾ ਚਲੋ ਤੁਹਾਡੀ ਬਹੁਤ ਬਹੁਤ ਮੇਰ ਇੱਕ ਮਹੀਨਾ ਚ ਭਾਜੀ ਉਹਨਾਂ ਕੋਲ ਫਾਈਲ ਵੀ ਨਹੀਂ ਜਮਾ ਕਰਾਈ ਫਿਰ ਰਿਵੋਕਾ ਦੀ ਰਿਵੋਕਾ ਹੋ ਸਕਦਾ ਹੈ ਜੀ ਜੀ ਹਾਂ ਚਲੋ ਮੈਂ ਦੁਬਾਰਾ ਇਸ ਪੇ ਗਾਰੇ ਕਰ ਦੇਣਾ ਬਹੁਤ ਸ਼ੁਕਰੀਆ ਦੇਖੋ ਨਾਜ਼ਰੀਨ ਸਟੂਡੈਂਟ ਜਾਂ ਦੂਸਰੇ ਦੋਸਤਾਂ ਦੇ ਫਾਇਦੇ ਵਾਸਤੇ ਕਿ ਨਾ ਪੂਰਾ ਪ੍ਰਾਤਿਕਾ ਦੱਸਿਆ ਸੀ ਇਹਨਾਂ ਦਾ ਸ਼ੁਕਰੀਆ ਅਦਾ ਕਰਾਂਗੇ ਕਿ ਚਲੋ ਜੀ ਦੂਸਰੇ ਭਾਈਆਂ ਨੂੰ ਫਾਇਦਾ ਹੋ ਜੇ ਇਹਨਾਂ ਨੂੰ ਨਹੀਂ ਸੀ ਪਤਾ ਇਸ ਗੱਲ ਦਾ ਇਹ ਇਸ ਤਰ੍ਹਾਂ ਦੱਸ ਰਹੇ ਨੇ ਜੋ ਮਨ ਨੂੰ ਸਮਝ ਆਈਏ ਓਂਕਾਰ ਸਿੰਘ ਸਾਹਿਬ ਸਾਡੇ ਨਾਲ ਇੰਟਰਵਿਊ 'ਚ ਬੈਠੇ ਹੋਏ ਨੇ ਇਹਨਾਂ ਦੇ ਕੋਲ ਲਾਇਸੈਂਸ ਸੀ ਅੱਜ ਤੋਂ 17 ਸਾਲ ਪਹਿਲੇ ਬੀ ਲਾਇਸੈਂਸ ਉਹਨਾਂ ਨੇ ਨਾਰਮਲ ਕੀਤਾ ਸੀ ਪਹਿਲਾਂ ਪੜਾਈ ਤੋਂ ਬਗੈਰ ਮਿਲ ਜਾਂਦਾ ਸੀ ਪੜਨ ਤੋਂ ਬਗੈਰ ਤੇ ਉਹ ਫਿਰ ਇਹਨਾਂ ਦੀਆਂ ਪੂੰਤੀਆਂ ਸਿਫਰ ਹੋ ਗਈਆਂ ਨੂੰ ਨਹੀਂ ਪਤਾ ਲੱਗਾ ਲੇਕਿਨ ਪੂੰਤੀਆਂ ਸਿਫਰ ਹੋ ਗਈਆਂ ਸੀ ਇਹ ਮौज-ਮਸਤੀ ਕਰਦੇ ਰਹੇ ਉੱਥੇ ਬੈਲਜੀਅਮ ਤੱਕ ਵੀ ਗਏ ਮਜ਼ੇ ਕਰਦੇ ਰਹੇ ਲੇਕਿਨ ਇਹਨਾਂ ਦੇ ਘਰ ਅਚਾਨਕ ਲੈਟਰ ਆ ਗਿਆ ਕਿ ਬਾਈ ਤੁਹਾਡੀਆਂ ਪੂੰਤੀਆਂ ਸਿਫਰ ਹੋ ਗਈਆਂ ਨੇ ਹੁਣ ਤੁਸੀਂ ਆਪਣਾ ਦੁਬਾਰਾ ਰਿਵੀਜ਼ਨੇ ਕਰੋ ਦੁਬਾਰਾ ਥਿਊਰੀ ਕਰੋ ਜਿਸ ਤਰ੍ਹਾਂ ਕਹਿ ਲੋ ਉਹ ਫਿਰ ਇਹਨਾਂ ਨੇ ਪਤਾ ਕਰਾਇਆ ਤੇ ਰਿਵੀਜ਼ਨੇ ਜਦ ਪੂੰਤੀਆਂ ਸਿਫਰ ਹੋ ਜਾਣ ਲਾਇਸੈਂਸ ਬਿਲਕੁਲ ਜ਼ੀਰੋ ਹੋ ਜਾਏ ਉਹਦੀਆਂ ਪੁੰਤੀਆਂ ਜ਼ੀਰੋ ਹੋ ਜਾਣ ਤੇ ਫਿਰ ਉਹਦੀ ਥਿਊਰੀ ਕਰਨੀ ਪੈਂਦੀ ਏ ਉਹ ਬੁੱਕ ਐ ਹੀ ਹੁੰਦੀ ਏ ਸੇਮ ਜਿਹੜੀ ਤੁਸੀਂ ਪੜ ਰਹੇ ਹੋ ਸਾਰੇ ਸਵਾਲ ਇਹ ਹੀ ਨੇ ਇਹਦਾ 7000 ਕੁਝ ਸਵਾਲ ਨੇ ਤਿਆਰੀ ਇਹ ਨਾਲ ਇਹਦੇ ਵਿੱਚ ਹੀ ਕਰਨੀ ਏ ਲੇਕਿਨ ਥੋੜਾ ਜਿਹਾ ਫਾਇਦਾ ਇਹ ਹੋ ਜਾਂਦਾ ਕਿ 40 ਸਵਾਲ ਨਹੀਂ ਆਉਂਦੇ 30 ਸਵਾਲ ਆਉਂਦੇ ਨੇ ਜਿਸ ਵਕਤ ਪੁੰਤੀਆਂ ਸਿਫਰ ਹੋ ਜਾਣ ਉਹ ਦੁਬਾਰਾ ਥਿਊਰੀ ਕਰਨੀ ਪੈਂਦੀ ਉਹਦੇ 30 ਸਵਾਲ ਆਉਂਦੇ ਨੇ ਔਰ ਉਹਦੇ ਤਿੰਨ ਗਲਤੀਆਂ ਦੀ ਇਜਾਜ਼ਤ ਹੁੰਦੀ ਏ ਤੇ ਕੁਝ ਦੋ ਚਾਰ ਚੀਜ਼ਾਂ ਦਸਰੇ ਨੇ ਕਹਿੰਦੇ ਨੇ ਕਿ ਮੈਂ ਜਿਸ ਵੇ ਮਸਲਾ ਹੋਇਆ ਮੇਰੀਆਂ ਪੂੰਤੀਆਂ ਸਿਫਰ ਹੋਈਆਂ ਉਹਨਾਂ ਮੈਨੂੰ ਕਿਹਾ ਕਿ ਤੂੰ ਦੁਬਾਰਾ ਥਿਊਰੀ ਕਰਨੀ ਲੈਟਰ ਭੇਜਿਆ ਮੈਂ ਵਕੀਲ ਨਾਲ ਵੀ ਰਾਬਤਾ ਕੀਤਾ ਉਹ ਵੀ ਕੁਝ ਨਹੀਂ ਕਰ ਸਕਿਆ ਮੈਂ ਸਕੂਲ ਵਾਲਿਆਂ ਨੂੰ ਵੀ ਕਿਹਾ ਕਿ ਭਾਈ ਮੇਰਾ ਕੁਝ ਹੈਲਪ ਕਰੋ ਉਹ ਵੀ ਕਹਿੰਦੇ ਨੇ ਕਿ ਇਹਦਾ ਕੋਈ ਹੱਲ ਨਹੀਂ ਤੁਸੀਂ ਰਿਵਿਜ਼ਨ ਨਹੀਂ ਕਰੋ ਦੁਬਾਰਾ ਪੇਪਰ ਦਿਓ ਫਿਰ ਉਹਦੇ ਵਿੱਚ ਤਰੀਕਾ ਘਰ ਇੰਜ ਦੱਸ ਰਹੇ ਨੇ ਕਿ ਉਸ ਚਿੱਠੀ ਉਸ ਲੈਟਰ ਦੇ ਵਿੱਚ ਇੱਕ ਮਹੀਨਾ ਟਾਈਮ ਹੁੰਦਾ ਹੈ ਅਗਰ ਤੁਸੀਂ ਇੱਕ ਮਹੀਨੇ ਦੇ ਵਿੱਚ ਵਿੱਚ ਆਪਣੀ ਫਾਈਲ ਸਬਮਿਟ ਕਰਾ ਦਿੰਦੇ ਹੋ ਮੋਟੋਰੀਜ਼ੇਸ਼ਨ ਨੇ ਕਿ ਹਾਂ ਜੀ ਬਿਲਕੁਲ ਮੈਂ ਆ ਗਿਆ ਮੇਰੇ ਹੱਥ ਖੜੇ ਨੇ ਮੈਂ ਦੁਬਾਰਾ ਰਿਵੀਜ਼ਨ ਨੇ ਕਰਾਂਗਾ ਫਾਈਲ ਜਮਾ ਕਰਾ ਦਿੰਦੇ ਹੋ ਉਸ ਤੋਂ ਬਾਅਦ ਫਿਰ ਇੱਕ ਸਾਲ ਤੁਹਾਡੇ ਕੋਲ ਟਾਈਮ ਹੈ ਇੱਕ ਸਾਲ ਦੇ ਵਿੱਚ ਵਿੱਚ ਤੁਸੀਂ ਆਪਣਾ ਥਿਊਰੀ ਦਾ ਪੇਪਰ ਦੇ ਸਕਦੇ ਹੋ ਔਰ ਉਹ ਇੱਕ ਸਾਲ ਤੁਸੀਂ ਗੱਡੀ ਨਹੀਂ ਚਲਾਓਗੇ ਤੁਹਾਡਾ ਲਾਇਸੈਂਸ ਸਟਾਪ ਰਹੇਗਾ ਤੁਹਾਡੇ ਕੋਲ ਹੀ ਰਹੇਗਾ ਲੇਕਿਨ ਸਟਾਪ ਰਹੇਗਾ ਸਸਪੈਂਸ਼ਨ ਇਸ ਨੂੰ ਕਹਿੰਦੇ ਇੰਗਲਿਸ਼ ਸਸਪੈਂਡ ਵੀ ਕਹਿੰਦੇ ਠੀਕ ਹੋ ਗਿਆ ਜੀ ਚਿੱਠੀ ਆਈ ਇੱਕ ਮਹੀਨੇ ਦੇ ਵਿੱਚ ਵਿੱਚ ਤੁਹਾਨੂੰ ਚਾਹੀਦਾ ਜਾ ਕੇ ਲੈਟਰ ਜਮਾ ਕਰਾ ਫਾਈਲ ਜਮਾ ਕਰਾ ਦੇਣੀ ਫਿਰ ਉਸ ਤੋਂ ਬਾਅਦ ਬਿਸ਼ੱਕ ਤਿਆਰੀ ਕਰਦੇ ਰਹੋ 2 ਮਹੀਨੇ 4 ਮਹੀਨੇ ਲੇਕਿਨ ਉਹਦੇ ਵਿੱਚ ਇੱਕ ਇਹ ਵੀ ਪ੍ਰੋਬਲਮ ਹੈਗੀ ਹੈ ਕਿ ਜਿਸ ਵਕਤ ਤੁਸੀਂ ਪੇਪਰ ਦੇਣ ਜਾਂਦੇ ਹੋ ਅਗਰ ਤੁਸੀਂ ਫੇਲ ਹੋ ਗਏ ਫਿਰ ਦੁਬਾਰਾ ਟਰਾਈ ਦਾ ਕੋਈ ਆਪਸ਼ਨ ਨਹੀਂ ਦੁਬਾਰਾ ਤੁਹਾਨੂੰ ਪੇਪਰ ਦੇਣ ਦੀ ਇਜਾਜ਼ਤ ਨਹੀਂ ਆਇਆ ਫਿਰ ਤੁਹਾਡਾ ਲਾਇਸੈਂਸ ਹੋ ਜਾਏਗਾ ਕੈਨਸਲ ਫਿਰ ਨਵੇਂ ਸਿਰੂ ਜਿਵੇਂ ਐ ਸਟੂਡੈਂਟ ਕਰ ਰਹੇ ਨੇ ਨਵੇਂ ਸਿਰੂ ਥਿਉਰੀ ਨਵੇਂ ਸਿਰੂ ਗਵਿਦੇ ਉਹ ਫਿਰ ਸਾਰਾ ਕੈਨਸਲ ਹੋ ਜਾਏਗਾ ਅਗਰ ਤੁਸੀਂ ਪਹਿਲੀ ਟਰਾਈ ਚ ਪਾਸ ਨਾ ਹੋਏ ਲੇਕਿਨ ਅਗਰ ਸਨਨੋ ਕਹਿਆ ਕਿ ਪਹਿਲੀ ਟਰਾਈ ਚ ਪਾਸ ਹੋਣ ਦਾ ਫਾਇਦਾ ਕੀ ਹੈ ਕਿਉਂਕਿ ਗਵਿਦੇ ਤੁਹਾਨੂੰ ਫਿਰ ਵੀ ਕਰਨੇ ਪੈਣੇ ਨੇ ਉਹ ਕਹਿੰਦੇ ਨੇ ਫਾਇਦਾ ਇਹ ਵੇ ਕਿ ਮੇਰਾ ਲਾਇਸੈਂਸ ਜਿੰਨਾ ਪੁਰਾਣਾ ਹੈ 17 ਸਾਲ ਉਹ ਮੇਰੀ ਵੈਲਿਡਿਟੀ ਡੇਟ ਵਿੱਚ ਰਹਿਣੀ ਹੈ ਇਹ ਲਾਇਸੈਂਸੀ ਮੇਰਾ ਕਾਬਲੇ ਇਸਤੇਮਾਲ ਹੋਣਾ ਹੈ ਨਵੀਆਂ ਫੋਟੋਆਂ ਨਹੀਂ ਮੰਨ ਦੇਣੀਆਂ ਪੈਣੀਆਂ ਤੇ ਦੂਸਰੀ ਗੱਲ ਇਹ ਦਾਸਰੇ ਨੇ ਕਿ ਅਗਰ ਸਾਨੂੰ ਲੈਟਰ ਆਂਦਾ ਹੈ ਕਿ ਭਾਈ ਜੀ ਤੁਹਾਡੀਆਂ ਪੂੰਤੀਆਂ ਸਿਫਰ ਹੋ ਗਈਆਂ ਦੁਬਾਰਾ ਥਿਊਰੀ ਕਰੋ ਅਸੀਂ ਉਹਨੂੰ ਇਗਨੋਰ ਕਰ ਦਿੰਨੇ ਆ ਪਾੜ ਕੇ ਸੁੱਟ ਦਿੰਨੇ ਆ ਇੱਕ ਮਹੀਨਾ ਗੁਜ਼ਰ ਗਿਆ ਉਸ ਡੇਟ ਨੂੰ ਲੈਟਰ ਤੇ ਆਣ ਤੋਂ ਇੱਕ ਮਹੀਨੇ ਤੱਕ ਵੀ ਅਸਾਂ ਕੋਈ ਉਹਦੇ ਤੇ ਕਾਰਵਾਈ ਨਹੀਂ ਕੀਤੀ ਔਰ ਅਸੀਂ ਮੋਟਰੀਜ਼ੇਸ਼ਨਿੰਗ ਨਹੀਂ ਗਏ ਨਾ ਉਹਨਾਂ ਦਾ ਰਾਬਤਾ ਕੀਤਾ ਤੇ ਇੱਕ ਮਹੀਨੇ ਤੋਂ ਬਾਅਦ ਫਿਰ ਆਟੋਮੈਟਿਕ ਹੀ ਲਾਇਸੈਂਸ ਬੇਕਾਰ ਹੋ ਜਾਏਗਾ ਕੈਨਸਲ ਹੋ ਜਾਏਗਾ ਇਹ ਦੋ ਤਿੰਨ ਇਹਨਾਂ ਗੱਲਾਂ ਕੀਤੀਆਂ ਨੇ ਰਿਵਿਜ਼ਿਓਨ ਦੇ ਬਾਰੇ ਸੀਗਾ ਔਰ ਮੈਂ ਫਾਈਨਲੀ ਇਹ ਵੀ ਕਹਿ ਲੰਨਾ ਜਿਹੜੇ ਗੇਮਾਂ ਵਾਲੇ ਭਾਈ ਨੇ ਉਹਨਾਂ ਵੱਤ ਤੇ ਵੀ ਇੱਕ ਪੇਗਾਮ ਹੀ ਬਣਦਾ ਹੈ ਗੇਮ ਮੀਨ ਫਰਾਡ ਤਰੀਕੇ ਨਾਲ ਜਿਹੜੇ ਲਾਇਸੈਂਸ ਕਰਦੇ ਨੇ ਅਗਰ ਤੁਸਾਂ ਲਾਇਸੈਂਸ ਮਿਲ ਵੀ ਗਿਆ ਔਰ ਤੁਸਾਂ ਲੈ ਵੀ ਲਿਆ ਅੱਲਾ ਨਾ ਕਰੇ ਅੱਗੇ ਜਾ ਕੇ ਪੂੰਤੀਆਂ ਸਿਫਰ ਹੋ ਗਈਆਂ ਫਿਰ ਕੀ ਕਰੋਗੇ ਮੇਰੇ ਕੋਲ ਇੱਕ ਬੜੀ ਲੰਮੀ ਲਿਸਟ ਹੈ ਕਿ ਐਸੇ ਮਤਲਬ ਦੋਸਤਾਂ ਦੀ ਉਹਨਾਂ ਨੇ ਕੰਟੈਕਟ ਮੇਰਾ ਨਹੀਂ ਕੀਤਾ ਕਿ ਸਰ ਪੂੰਤੀਆਂ ਸਿਫਰ ਹੋ ਗਈਆਂ ਨੇ ਅਸੀਂ ਪੜ੍ਹ ਕੇ ਨਹੀਂ ਲਿਆ ਹੁਣ ਕੀ ਕਰੀਏ ਹੁਣ ਫਿਰ ਦੁਬਾਰਾ ਪੜ੍ਹਨਾ ਪੈਣਾ ਉੜੇ ਅੱਜ ਭਾਜੀ ਨੇ ਦੁਬਾਰਾ ਪੜ੍ਹ ਕੇ ਕੀਤਾ ਫਿਰ 30 ਸਵਾਲਾਂ ਤੇ ਭਾਈ ਜੇ ਤੁਸੀਂ 3-4000 ਯੂਰੋ ਲਾ ਕੇ ਵੀ ਲੈ ਵੀ ਲੋਗ ਇੱਕ ਆਡ ਕੱਲ ਨੂੰ ਪੂੰਤੀਆਂ ਸਿਫਰ ਹੋ ਗਈਆਂ ਔਰ ਇਹਦੇ ਚਾਂਸ ਨੇ ਕੋਈ ਗਲਤੀ ਕਰੀ ਅੱਜ ਅੱਜਕੱਲ ਸੇਮਾਫੋਰੋ ਤੋੜੀਏ ਤੇ ਦੋ ਤਿੰਨ ਪੂੰਤੀਆਂ ਕੱਟਦੇ ਪੂੰਤੀਆਂ ਸਿਫਰ ਹੋ ਜਾਣ ਤੇ ਉਹ ਦੁਬਾਰਾ ਕਰਨਾ ਪੈਣਾ ਫਿਰ ਕੀ ਕਰੋਗੇ ਫਿਰ 3500 ਹੋਰ ਲਾਓਗੇ ਨੰਬਰ 2 ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ ਕਿ ਜਿਸ ਬੰਦੇ ਦੇ ਥਰੂ ਜਿਸ ਚੋਰ ਦੇ ਜ਼ਰੀਏ ਤੁਸੀਂ ਲਾਇਸੈਂਸ ਕੀਤਾ ਹੈ ਉਹ ਚੋਰ ਅੱਗੇ ਜਾ ਕੇ ਫੜਿਆ ਗਿਆ ਠੀਕ ਹੈ ਜੀ ਉਹ ਬੰਦਾ ਜਿਹੜਾ ਕਿ ਗੇਮ ਕਰਾਂਦਾ ਹੈ ਅਗਰ ਉਹ ਅੱਗੇ ਜਾ ਕੇ ਦੋ ਚੌ ਮਹੀਨਿਆਂ ਬਾਅਦ ਫੜਿਆ ਗਿਆ ਉਹਨਾਂ ਫਿਰ ਪੁਲਿਸ ਵਾਲਿਆਂ ਪਤਾ ਕੀ ਕਰਨਾ ਹੈ ਉਹਨਾਂ ਇਨਕੁਆਇਰੀ ਕਰਨੀ ਹੈ ਬਰੀਕੀ ਦੇ ਨਾਲ ਫੋਨ ਚੈੱਕ ਕਰਨਾ ਹੈ ਉਹਦੇ ਫੋਨ ਦੀ ਰਿਕਾਰਡਿੰਗ ਸੁਣਨੀ ਸਾਰਾ ਸਾਬ ਲਾਣਾ ਹੈ ਔਰ ਉਹਦੇ ਵਿੱਚ ਫਿਰ ਉਹ ਦੇਖਣਗੇ ਕਿ ਇਸ ਬੰਦੇ ਰਾਈ ਜਿੰਨੇ ਜਿੰਨੇ ਲਾਇਸੈਂਸ ਕੀਤਾ ਹੈ ਫਿਰ ਉਹਨੂੰ ਵੀ ਲੈਟਰ ਭੇਜਣਗੇ ਉਹਨੂੰ ਕਾਲ ਕਰਨਗੇ ਉਹਨੂੰ ਮੈਸੇਜ ਕਰਨਗੇ ਕਿ ਬਾਈ ਤੂੰ ਵੀ ਆ ਉਹਦਾ ਵੀ ਲਿਸੈਂਸ ਖੋ ਲਿਆ ਜਾਏਗਾ ਤੇ ਕਿਆ ਪਤਾ ਜਿਹੜਾ ਤੁਹਾਡਾ ਗੇਮਰ ਏ ਜਿਹਦੇ ਕੋਲ ਤੁਸੀਂ ਲਿਸੈਂਸ ਕੀਤਾ ਏ ਉਹ 2 ਸਾਲਾਂ ਬਾਅਦ ਜਾ ਕੇ ਫੜੇ ਹੀ ਜਾਏ ਉਹਦੀ ਗੇਮ ਜਾਂ ਫਿਰ ਕਈ ਵਾਰੀ ਅੰਜ ਹੁੰਦਾ ਮੇਰੇ ਕੋਲ ਇੱਕ ਆ ਰਾਬਤਾ ਕੀਤਾ ਇੱਕ ਦੋਸਤ ਨੇ ਉਹਨਾਂ ਕਿਹਾ ਕਿ ਮੈਂ ਖੁਦ ਵੀ ਮਤਲਬ ਪਕੜਿਆ ਗਿਆ ਵਾਂ ਔਰ ਮੇਰੇ ਜਿਹੜੇ ਬੰਦੇ ਜਿਨੇ ਮੈਨੂੰ ਕਰਾਇਆ ਸੀ ਉਹ ਵੀ ਪਕੜੇ ਗਏ ਨੇ ਔਰ ਉਹਨਾਂ ਨੇ ਜਿਨ੍ਹਾਂ ਜਿਨ੍ਹਾਂ ਨੂੰ ਕਰਾਇਆ ਸੀ ਫਰਾਡ ਤਰੀਕੇ ਨਾਲ ਉਹ ਵੀ ਪਕੜੇ ਗਏ ਨੇ ਮੈਂ ਕਿਹਾ ਜੀ ਕਿਸ ਤਰ੍ਹਾਂ ਬ੍ਰੇਸ਼ੀਆ ਦੀ ਗੱਲ ਹੈ ਪ੍ਰੋਵਿੰਸਾ ਬ੍ਰੇਸ਼ੀਆ ਦੇ ਵਿੱਚ ਇਹ ਮਾਮਲਾ ਹੋਇਆ ਉਹ ਕਹਿੰਦਾ ਕਿ ਮਨੂੰ ਉਹਨਾਂ ਨੇ ਰੋਡ ਤੇ ਮਤਲਬ ਇਹ ਰੋਕਿਆ ਮੇਰੀ ਕੋਈ ਗਲਤੀ ਸੀ ਮੇਜਰ ਉਹਨਾਂ ਰੋਕਿਆ ਉਹਨਾਂ ਕਿਹਾ ਕਿ ਤੁਲਸਨਸ ਕਿੱਥੋਂ ਕੀਤਾ ਹੈ ਉਹ ਕਹਿੰਦੇ ਜੀ ਮੈਂ ਪੜ੍ਹ ਕੇ ਕੀਤਾ ਨਰਵਸ ਹੋ ਜਾਂਦਾ ਹੈ ਬੰਦਾ ਉਹਨਾਂ ਨੇ ਉਹਨੂੰ ਚੈੱਕ ਕੀਤਾ ਉਹਦੀ ਇਨਕੁਆਇਰੀ ਕੀਤੀ ਥਿਊਰੀ ਦਾ ਜਜੋ ਵੀ ਹੈ ਉਹਨਾਂ ਨੇ ਦੇਖਿਆ ਕਿ ਲਿਸਨਸ ਤਾਜ਼ਾ ਹੋਇਆ ਹੈ ਔਰ ਇਸ ਬੰਦੇ ਨੂੰ ਆਂਦਾ ਜਾਂਦਾ ਕੁਝ ਨਹੀਂ ਉਹਨਾਂ ਕਿਹਾ ਕਿ ਭਾਈ ਤੂੰ ਕਿਸ ਤਰ੍ਹਾਂ ਕੀਤਾ ਫਿਰ ਉਹਦੀ ਇਨਕੁਆਇਰੀ ਚ ਗਏ ਪਿੱਛੇ ਗਏ ਮੈਂ ਉਹਨ ਸਾਰੀ ਤਫਸੀਲ ਨਹੀਂ ਕਰ ਸਕਦਾ ਔਰ ਇਹ ਛਾ ਵੀ ਨਹੀਂ ਲੱਗੇਗਾ ਉਹਨਾਂ ਨੇ ਉਸ ਬੰਦੇ ਨੂੰ ਵੀ ਫੜ ਲਿਆ ਕਿ ਜਿਨੇ ਉਸ ਬੰਦੇ ਨੂੰ ਲਾਇਸੈਂਸ ਕਰਾਇਆ ਹੈ ਹੈ ਜੀ ਇਹ ਗੇਮ ਤਰੀਕੇ ਨਾਲ ਫਰਾਡ ਤਰੀਕੇ ਨਾਲ ਉਸ ਬੰਦੇ ਨੂੰ ਫੜਿਆ ਫਿਰ ਉਸ ਬੰਦੇ ਨੇ ਜਿਨ੍ਹਾਂ ਜਿਨ੍ਹਾਂ ਨੂੰ ਲਾਇਸੈਂਸ ਕਰਾਏ ਉਹਨਾਂ ਨੂੰ ਵੀ ਫੜਿਆ ਗਿਆ ਕਿੰਨੀ ਬੜੀ ਟੀਮ ਕਿੰਨਾ ਬੜਾ ਗਰੁੱਪ ਫੜ ਲਿਆ ਇਹਨਾਂ ਨੇ ਕਿ ਭਾਈ ਇੱਕ ਬੰਦੇ ਦੇ ذریعے ਜਿਹੜਾ ਰੋਡ ਤੇ ਚੱਲ ਰਿਹਾ ਸੀ ਤੇ ਮੇਰੇ ਭਾਈ ਤੁਸੀਂ ਇਤਨੀ ਰਕਮ ਨੂੰ ਕਿਉਂ ਦਾਉ ਤੇ ਲਾਂਦੇ 3-4000 ਯੂਰੋ ਦੇ ਕੇ ਫਿਰ ਵੀ ਤੁਹਾਡੀਆਂ ਲੱਤਾਂ ਕੰਬਦੀਆਂ ਹੀ ਰਹਿਣੀਆਂ ਜਦੋਂ ਪੁਲਿਸ ਵਾਲਾ ਗੁਜ਼ਰਿਆ ਕਿਉਂ ਜੀ ਓਂਕਾਰ ਭਾਈ ਤੁਹਾਨੂੰ ਕੋਈ ਟੈਂਸ਼ਨ ਹੁਣ ਪੁਲਿਸ ਵਾਲਾ ਆਵੇ 100 ਵਾਰੀ ਆ ਜਾਵੇ ਤੁਹਾਨੂੰ ਕੋਈ ਟੈਂਸ਼ਨ ਮੇਰੇ ਇਹ ਜਿਹੜੇ ਮਰਦੇ ਮੁਜਾਹਿਦ ਬੈਠੇ ਇਹਨਾਂ ਨੂੰ ਕੋਈ ਟੈਂਸ਼ਨ ਕਿਉਂ ਜੀ ਤੁਸੀਂ ਪੜ੍ਹ ਕੇ ਕਰਦੇ ਤੁਹਾਨੂੰ ਕੋਈ ਟੈਂਸ਼ਨ ਪੁਲਿਸ ਵਾਲੇ ਆਉਂਦੇ ਨਹੀਂ ਜੀ ਸਰ ਜੀ ਤੁਹਾਡੇ ਕੋਲ ਜ਼ਰਾ ਸਾਲ ਪਾ ਦੇ ਕਿਸੇ ਪਾਸ ਇਹਨਾਂ ਟੈਂਸ਼ਨ ਕੋਈ ਨਹੀਂ ਜੀ ਸਰ ਜੀ ਦੂਜਾ ਐਫ ਦੇਣ ਦੇ ਬਾਵਜੂਦ ਇਹਨਾਂ ਜਿਹੜੇ ਗੇਮਾਂ ਕਰਕੇ ਲੈਂਦੇ ਨੇ ਇਹਨਾਂ ਨੂੰ ਹੋਰ ਵੀ ਬੜੀ ਟੈਂਸ਼ਨ ਹੁੰਦੀ ਪੇਸ਼ਾ ਜ ਮੇਰੇ ਜਾਣ ਦੇ ਵਾਲੇ ਕਿ ਗੇਮ ਕਰਕੇ ਲਿਆ ਉਕਰਮਣ ਇਹ ਨਹੀਂ ਪਤਾ ਲੱਗਾ ਸੈਂਸ ਉਹਨੇ ਕਿ ਦੋ ਪੀਸ ਸੈਂਸ ਉਹਨੇ ਕਿ ਉਹ ਸਿੱਧੇ ਜਾ ਕੇ ਗੱਡੀ ਗੱਡੀ ਮਾਰੀ ਸਿੱਧੀ ਆ ਠੋਕਦੀ ਫਿਰ ਉਹ ਲਿਸੈਂਸ ਇਸ ਤਰ੍ਹਾਂ ਲੈ ਲੈਂਦੇ ਨੇ ਵਾਪਸ ਹੋਰ ਉਹਨਾਂ ਨੂੰ ਸ਼ੱਕ ਪੈ ਗਿਆ ਸਰ ਜੀ ਤੁਹਾਡੇ ਕੋਲ ਬੰਦਾ ਪੜ੍ਹੇ ਜਾਂ 10 ਸਾਲ ਬਾਅਦ ਵੀ ਯੋਗ ਕਰ ਸਕਦਾ ਹੈ ਅੱਖਾਂ ਬੰਦ ਕਰਕੇ ਤੁਸੀਂ ਜ਼ਰਬਾ ਹੀ ਨਹੀਂ ਪੜ੍ਹਾਇਆ ਪੜਦਾ ਨਹੀਂ ਸਕਦੀ ਆਮੀਨ ਆਮੀਨ ਤੁਹਾਡੀ ਪੜਾਈ ਬਹੁਤ ਵਧੀਆ ਜੀ ਹਾਂ ਮੈਂ ਵਾਈਂਡ ਅਪ ਕਰਾਂਗਾ ਕਿ ਭਾਈ ਤੁਸੀਂ ਪੜ੍ਹ ਕੇ ਕਰੋ ਨਾ ਇਹਨਾਂ ਬਖੇੜਿਆਂ ਚ ਪਹੋ ਤੁਸੀਂ ਤੰਗ ਹੋਗੇ ਅੱਗੇ ਜਾ ਕੇ ਇਹ ਜਿਹੜਾ ਤੁਸੀਂ ਸਮਝਦੇ ਹੋ ਕਿ ਲਾਇਸੈਂਸ ਕਈ ਵਾਰੀ ਉਹ ਗੁਈਦੇ ਉਹਦੇ ਵਿੱਚ ਫੜ ਲੈਂਦੇ ਨੇ ਬੰਦੇ ਨੂੰ ਜਿਸ ਟਾਈਮ ਗੱਡੀ ਦੇ ਗੁਈਦੇ ਹੋ ਰਹੇ ਹੁੰਦੇ ਨੇ ਉਸ ਟਾਈਮ ਟੈਸਟ ਮਾੜਾ ਜਾਂ ਲੈ ਲੈਂਦੇ ਉੱਥੇ ਉਹਨਾਂ ਨੂੰ ਸ਼ੱਕ ਪੈ ਜਾਂਦਾ ਕਿ ਇਸ ਬੰਦੇ ਨੇ ਕੋਈ ਗੇਮ ਕੀਤੀ ਹੈ ਫਿਰ ਮਨੂੰ ਇੱਕ ਬੰਦੇ ਨੇ ਦੂਸਰੇ ਤਰੀਕੇ ਨਾਲ ਉਹਨੇ ਥਿਊਰੀ ਕੀਤੀ ਫਿਰ ਗੇਮ ਦੇ ਸੌਰੀ ਗੁਈਦੇ ਦੇ ਟਾਈਮ ਮਨੂੰ ਕਹਿੰਦਾ ਅਲੀ ਭਾਈ ਇੰਜ ਹੋ ਜਾਂਦਾ ਕਿ ਮੇਰੀ ਜਗ੍ਹਾ ਤੇ ਕੋਈ ਹੋਰ ਬੰਦਾ ਗੁਈਦੇ ਕਰ ਆਵੇ ਹੈ ਨਾ ਜਦੋਂ ਡਰ ਰਿਹਾ ਸੀ ਕਿ ਉਹ ਮੈਂ ਗੁਈਦੇ ਕਰਨ ਜਾਵਾਂਗਾ ਮਤੇ ਫੜਿਆ ਜਾਵਾਂ ਤੇ ਅੱਲਾਹ ਤਾਲਾ ਹਿਫਾਜ਼ਤ ਕਰੇ ਸਾਰਿਆਂ ਦੀ ਲੇਕਿਨ ਗੱਲ ਇਹ ਵੇ ਕਿ ਸਿੱਧਾ ਰਸਤਾ ਸਿੱਧਾ ਹੀ ਹੁੰਦਾ ਔਰ ਪੁੱਠਾ ਰਸਤਾ ਪੁੱਠਾ ਹੀ ਹੁੰਦਾ ਰੋਸ਼ਨੀ ਰੋਸ਼ਨੀ ਹੁੰਦੀ ਹੈ ਹਨੇਰਾ ਹਨੇਰਾ ਹੀ ਹੁੰਦਾ ਤੇ ਬੱਚੋ ਤੇ ਅੱਛਾ ਹੈ ਅੱਜ ਤੁਹਾਡੇ ਕੋਲ ਰਸਤਾ ਹੈਗਾ ਸਿੱਧਾ ਮਾਸ਼ਾਅੱਲਾ ਟੀਚਰ ਨੇ ਤੁਹਾਡੇ ਆਪਣੇ ਪਿੰਡ ਸ਼ਹਿਰ ਦੇ ਵਿੱਚ ਟੀਚਰ ਨੇ ਆਨਲਾਈਨ ਟੀਚਰ ਨੇ ਥੋੜੀ ਜੀ ਫੀਸ ਸੇ 3-400 ਰੁਪਿਆ ਕੋ ਬਿਗ ਅਮਾਉਂਟ ਨਹੀਂ ਤੋ ਸੱਸੇਸ ਦਿਮਾਗ ਨੂੰ ਖੜਨਾ ਕਿੱਥੇ ਵੇ ਇਹ ਦਿਮਾਗ ਖਾ ਜਾਏਗਾ ਮੋਬਾਈਲ ਜੇ ਨਾ ਯੂਜ਼ ਕਰੋਗੇ ਸਿੱਧੇ ਪਾਸੇ ਹਾਂਜੀ ਇਹ ਅੱਖਾਂ ਕਾਲੀਆਂ ਸ਼ਾਹ ਹੋ ਜਾਣੀਆਂ ਨੇ ਮੋਬਾਈਲ ਵੇਖ ਵੇਖ ਕੇ ਤੁਸੀਂ ਪਤੰਤੇ ਹਲ ਨਾ ਆਵਿਓ ਹਾਂਜੀ ਇੱਕ ਦੋਸਤ ਅੱਜ ਗੱਲ ਕਰ ਰਿਹਾ ਸੀ ਕਹਿੰਦਾ ਕਿ ਸਰ ਪਤੰਤੇ ਮੇਰੇ ਬਾਤੇ ਕੰਮ ਤੇ ਕੋਈ ਨਹੀਂ ਪਰ ਮਨ ਨੂੰ ਇਸ ਕੰਪਿਊਟਰ ਦੀ ਟੈਨਸ਼ਨ ਏ ਤੇ ਮੈਂ ਕਿਹਾ ਕੰਪਿਊਟਰ ਕੀ ਆਂਦਾ ਏ ਇਹ ਦੋਸਤ ਪੜਦੇ ਨੇ ਪਰ ਦੇਖੋ ਨਾ ਪਾਜੀ ਇੱਕ ਮਤਲਬ ਮਿਸਾਲ ਨੇ ਸਾਡੇ ਵਾਸਤੇ ਮਾਸ਼ਾਅੱਲਾ ਸੀਨੀਅਰ ਏਜ ਵਿੱਚ ਵੀ ਤੁਸੀਂ ਯੰਗ ਏਗੇਓ ਤੇ ਉਹ ਵੀ ਮਾਸ਼ਾਅੱਲਾ ਯੰਗ ਹੀ ਨੇ ਐਸੀ ਕੋਈ ਗੱਲ ਨਹੀਂ ਲੇਕਿਨ ਉਹਨਾਂ 17 ਦਿਨਾਂ ਦੀ ਤਿਆਰੀ ਕੀਤੀ ਏ ਦੂਸਰੇ ਸਾਡੇ ਯੰਗ ਮੈਨ ਯਾਸਰ ਇਕਬਾਲ ਸਾਹਿਬ ਇਹਨਾਂ ਨੇ 2 ਮਹੀਨੇ ਤਿਆਰੀ ਕੀਤੀ ਕੀ ਆਉਂਦਾ ਕੰਪਿਊਟਰ ਤੁਸੀਂ ਵਿੱਚ ਵੜੋ ਤੇ ਸਹੀ ਇੱਕ ਘੋੜਾ ਹੁੰਦਾ ਨਾ ਉਹ ਐਵੇਂ ਪਾਣੀ ਤੂੰ ਵੇਖ ਕੇ ਪਿਛਾ ਪਿਛਾ ਪਿਆ ਪਿਆ ਜਾਂਦਾ ਉਹ ਭਾਈ ਤੈਨੂੰ ਕੁਝ ਨਹੀਂ ਹੁੰਦਾ ਨਹੀਂ ਤੇਰੇ ਪੈਰ ਭਿੱਜ ਕੇ ਟੁੱਟ ਚਲੇ ਤੂੰ ਵਿੱਚ ਤੇ ਆ ਹੈ ਜੀ ਕਈ ਘੋੜੇ ਹੁੰਦੇ ਨੇ ਮਾਸ਼ਾਅੱਲਾ ਉਹ ਪਾਣੀ ਨੂੰ ਵੇਖ ਕੇ ਇੰਜ ਵਿੱਚ ਵੜਦੇ ਨੇ ਔਰ ਉਹ ਵੜਦੇ ਵੜਦੇ ਉਹ ਦੂਜੇ ਕਿਨਾਰੇ ਨਿਕਲ ਜਾਂਦੇ ਇਹੋ ਹੀ ਮਾਸ਼ਾਅੱਲਾ ਸ਼ਾਹ ਸਵਾਰ ਨੇ ਵੇਖੋ ਨਾ ਆਏ ਨੇ ਉਲਸਨਸ ਕਰਕੇ ਕਿਸੇ ਦਿਨ ਦੋ ਸਟੂਡੈਂਟ ਪਾਸ ਕਿਸੇ ਦਿਨ ਇੱਕ ਮੈਂ ਤੇ ਕਹਿੰਦਾ 2021 ਚ ਸਾਰੇ ਮੈਨੂੰ ਗੱਡੀਆਂ ਤੇ ਨਜ਼ਰ ਆ ਰਹੇ ਨੇ ਚਲਾਉਂਦੇ ਹੋਏ। ਇਨਸ਼ਾਅੱਲਾ। ਯਾਓ ਹਿੰਮਤ ਕਰੋ ਔਰ ਪੜ ਕੇ ਕਰੋ ਐਨਾ ਪੈਸਿਆਂ ਤੇ ਤਰਸ ਖਾਓ। ਇਹ ਪੈਸਿਆਂ ਦੀ ਜ਼ਰੂਰਤ ਹੈ ਤੁਹਾਡੇ ਪਿੱਛੇ ਅੱਲਾਹ ਤਾਲਾ ਪਸੰਦ ਜੀ ਅਲੇ ਸ਼ਾਦੀ ਵੀ ਕਰਨੀ ਹੈ। ਹਾਂ। ਅਜੇ ਸ਼ਾਦੀ ਵੀ ਕਰਨੀ ਤੁਸੀਂ। ਅੱਲਾਹ ਤਾਲਾ ਨੂੰ ਪਸੰਦ ਨਹੀਂ ਹੈ ਮਾਲ ਗਲਤ ਜਗ੍ਹਾ ਤੇ ਲਾਣਾ। ਠੀਕ ਹੈ। ਤੇ ਬਹਰਾਲ ਗੱਲਾਂ ਲੰਮੀਆਂ ਹੋ ਜਾਣੀਆਂ ਨੇ। ਮੈਂ ਤੁਹਾਨੂੰ ਜਜ਼ਾਇਆ ਖੈਰ। ਸਰ ਜੀ ਇੱਕ ਸਵਾਲ ਦਾ ਜਵਾਬ ਦਿਓ ਪਲੀਜ਼। ਦਾਨਿਸ਼ ਭਾਈ ਜੀ ਵੈਲਕਮ। ਜੀ ਅਗਰ ਇੱਕ ਦੋ ਕਲਾਸਾਂ ਕੇ ਨਾ ਤਾਂ ਕਿਤਨੇ ਅਸੇ ਜੀ ਲਾਇਸੈਂਸ ਕੰਪਲੀਟ ਹੋ ਸਕਣਾ ਦੇਖੋ ਜੇ ਦੋ ਕਲਾਸਾਂ ਲੈਂਦੇ ਹੋ ਤੇ ਡੇਢ ਤੋਂ ਦੋ ਮਹੀਨੇ ਚ ਤਿਆਰੀ ਹੋ ਜਾਂਦੀ ਹੈ ਸਾਡੇ ਨਾਲ ਅਗਰ ਤੁਸੀਂ ਤਿੰਨ ਕਲਾਸਾਂ ਲੈਂਦੇ ਹੋ ਤੇ ਤਕਰੀਬਨ 30 40 ਦਿਨਾਂ ਦੇ ਵਿੱਚ ਤਿਆਰੀ ਹੋ ਜਾਂਦੀ ਹੈ ਤੇ ਅੱਛਾ ਮੈਂ ਫਾਈਨਲੀ ਮੁਬਾਰਕ ਆਖਾਂਗਾ ਯਾਸਰ ਇਕਬਾਲ ਸਾਹਿਬ ਨੂੰ ਅੱਲਾਹ ਤਾਲਾ ਇਹਨਾਂ ਮਜ਼ੀਦ ਕਾਮਯਾਬ ਕਰੇ ਮਾਸ਼ਾਅੱਲਾ ਸਾਡੀ ਇੱਜ਼ਤ ਵਧਾਈ ਇਹਨਾਂ ਨੇ ਪਾਸ ਹੋ ਕੇ ਓਮਕਾਰ ਸਬਕਾਲਾ ਨੇ ਇਹਨਾਂ ਨੇ ਅੱਛੀ ਇਨਫਰਮੇਸ਼ਨ ਵੀ ਦਿੱਤੀ ਹੈ ਔਰ ਇਹਨਾਂ ਦੇ ਨਾਲ-ਨਾਲ ਮੈਂ ਸ਼ੁਕਰੀਆ ਦਾ ਕਰਾਂਗਾ ਬੱਚਿਆਂ ਦਾ ਜਿਨ੍ਹਾਂ ਨੇ ਉਹ ਵਾਲੇਕਮ ਸਰ ਜੀ ਔਰ ਪੈਣ ਹੋਰਾਂ ਦਾ ਪਰਜਾਈ ਹੋਰਾਂ ਦਾ ਉਹਨਾਂ ਨੇ ਵੀ ਹੈਲਪ ਕੀਤੀ ਅੱਲਾਹ ਤਾਲਾ ਜਜ਼ਾਏ ਖੈਰ ਦੇ ਮੇਰੇ ਸਟੂਡੈਂਟ ਨੇ ਜਿਹੜੇ ਜਿੱਥੇ-ਜਿੱਥੇ ਪੜ ਰਹੇ ਨੇ ਅਗਰ ਇਹਨਾਂ ਦੇ ਭਾਈ ਨਾਲ ਦੋਸਤ ਨੇ ਰਹਿੰਦੇ ਨੇ ਥੋੜੀ ਇਹਨਾਂ ਦੀ ਵੀ ਹੈਲਪ ਕਰ ਦਿਆ ਕਰੋ ਅਗਰ ਤੁਹਾਨੂੰ ਕੋਈ ਸਵਾਲ ਆਂਦਾ ਮਾੜਾ ਜਿਹਾ ਸਮਝਾ ਦਿੱਤਾ ਕਈ ਵਾਰੀ ਇੰਜ ਹੁੰਦਾ ਹੈ ਕਿ ਹਰ ਸਟੂਡੈਂਟ ਦੇ ਘਰ 'ਚ ਇੱਕ ਲਿਸੈਂਸ ਵਾਲਾ ਮੌਜੂਦ ਹੈ ਜਿਨੇ ਪੜ ਕੇ ਕੀਤਾ ਹੈ ਤੇ ਉਹ ਜਿਸ ਟਾਈਮ ਇਹਨਾਂ ਦੀ ਕੋਈ ਗੱਡੀ ਫਸੇ ਥੋੜਾ ਜਿਹਾ ਦੱਸ ਸੜਿਆ ਕਰੋ ਕੋਈ ਗੱਲ ਅਸਲਾਮ ਅਲੈਕਮ ਸਰ ਜੀ ਵਾਲੇਕੁਮ ਅਸਲਾਮ ਆਸਿਫ ਖਾਨ ਸਾਹਿਬ ਵੈਲਕਮ ਜੀ ਜੀ ਮਾਸ਼ਾਅੱਲਾ ਤੁਹਾਡੇ ਲਫ਼ਜ਼ ਦੱਸਣ ਨਾਲ ਕੋਈ ਨਹੀਂ ਇੱਕ ਸਦਕਾ ਜਾਰੀ ਆਏਗਾ ਵੇਖੋ ਜੀ ਸਵਾਬ ਦਾ ਹੀ ਕੰਮ ਹੈ ਫਾਇਦਾ ਹੀ ਇਹ ਭਲਾਈ ਹੋ ਜਾਏਗਾ ਹੁਣ ਤਾਂ ਲਾਇਸੈਂਸ ਵਾਸਤੇ ਲਾਇਸੈਂਸ ਸਰ ਦੀ ਬਹੁਤ ਆਸਾਨ ਹੋ ਗਿਆ ਜਿੱਦਾਂ ਤੁਸੀਂ ਆਪਣੀ ਪਾਛੇ ਚ ਦੱਸਦੇ ਆ ਪਹਿਲਾਂ ਤਾਂ ਜਿੱਦਾਂ ਆਪ ਨੂੰ ਬੋਲੀ ਨਹੀਂ ਆਂਦੀ ਇੱਕ ਕੋਈ ਦੱਸਣ ਵਾਲਾ ਨਹੀਂ ਹੁੰਦਾ ਸੀ ਉਹ ਤਾਂ ਸਮਝ ਨਹੀਂ ਲੱਗਦੀ ਸੀ ਪਹਿਲਾਂ ਤਾਂ ਕੁਝ ਹੁਣ ਤੇ ਰਸਤਾ ਦੱਸਣਾ ਉਹ ਤਾਂ ਬਹੁਤ ਆਸਾਨ ਹੈ ਉਹ ਤਾਂ ਆਸਾਨ ਹੈ ਲੋ ਜੀ ਬਹੁਤ ਸ਼ੁਕਰੀਆ ਜੀ ਥੈਂਕ ਯੂ ਸਟੂਡੈਂਟਸ ਨੂੰ ਵੀ ਮੈਂ ਇਹ ਕਵਾਂਗਾ ਕਿ ਤੁਸੀਂ ਬਹੁਤ ਜਲਦੀ ਸਾਰੇ ਪਾਸ ਹੋ ਗੇ ਅੱਲਾਹ ਹਾਫਿਜ਼ ਇਨਸ਼ਾ ਅੱਲਾਹ ਵਾਲੇ ਕੇ ਸਾਥੀ ਕਾਲ ਦੇ